ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਅਮਨਦੀਪ ਸਿੰਘ ਚੰਡ ਤੇ ਇਸ ਲਾਈਵ ਪ੍ਰੋਗਰਾਮ 'ਚ ਤੁਹਾਡਾ ਹਾਰਦਿਕ ਸਵਾਗਤ ਹੈ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਦੇਸ਼ ਦੇ ਕਾਨੂੰਨ ਦੇ ਬਾਰੇ 'ਚ ਔਰ ਜਿਹੜੇ ਮਹਿਮਾਨ ਸਾਡੇ ਨਾਲ ਮੌਜੂਦ ਹੁੰਦੇ ਨੇ ਉਹਨਾਂ ਨਾਲ ਰੂਬਰੂ ਕਰਾਉਣ ਤੋਂ ਪਹਿਲਾਂ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰ ਲਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਔਰ 8 ਦਸੰਬਰ ਨੂੰ ਪੂਰਾ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਗਿਆ ਵੱਡੀ ਖਬਰ ਹੈ ਇਸ ਕਰਕੇ ਬਹੁਤ ਜ਼ਰੂਰੀ ਸੀ ਕਿ ਤੁਹਾਡੇ ਤੱਕ ਪਹੁੰਚਦੀ ਕਰਨਾ ਔਰ ਲਾਈਵ ਪ੍ਰੋਗਰਾਮ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਅੱਜ ਲਗਾਤਾਰ 9 ਦਿਨ ਹੋ ਚੁੱਕੇ ਨੇ ਸਾਡੇ ਦੇਸ਼ ਦਾ ਕਿਸਾਨ ਜਿਹੜਾ ਦਿੱਲੀ ਬਾਰਡਰ ਤੇ ਉੱਤੇ ਬੈਠਾ ਹੋਇਆ ਔਰ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਿਹਾ ਹੈ ਪਰ ਦੂਸਰੇ ਪਾਸੇ ਗੱਲਬਾਤ ਕੀਤੀ ਜਾਵੇ ਤਾਂ ਕੇਂਦਰ ਦੇ ਜਿਹੜੇ ਮੰਤਰੀ ਨੇ ਜਾਂ ਕੇਂਦਰ ਦੀ ਸਰਕਾਰ ਹੈ ਉਹਨਾਂ ਦਾ ਆਲੀਆ ਰਵੱਈਆ ਹਜੇ ਵੀ ਬਰਕਰਾਰ ਹੈ ਉਹਨਾਂ ਦੇ ਵੱਲੋਂ ਥੋੜਾ ਜਿਹਾ ਝੁਕਾਅ ਤਾਂ ਆਇਆ ਕਿਉਂਕਿ ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ MSP ਜਿਹੜੀ ਹੈ ਉਹਦੀ ਅਮੈਂਡਮੈਂਟ ਕਰਨ ਦੇ ਲਈ ਰਾਜੀ ਨੇ ਯਾਨੀ ਕਿ MSP ਨੂੰ ਲਿਖਤੀ ਰੂਪ ਦੇ ਵਿੱਚ ਕਾਨੂੰਨ ਦੇ ਵਿੱਚ ਲਿਖ ਕੇ ਦੇਣ ਲਈ ਰਾਜੀ ਹੋ ਚੁੱਕੇ ਨੇ ਮਤਲਬ ਕਿਤਨਾ ਕਿਤੇ ਪੰਜਾਬ ਦਾ ਕਿਸਾਨ ਜਾਂ ਪੂਰੇ ਦੇਸ਼ ਦਾ ਕਿਸਾਨ ਆਪਾਂ ਕਹਿ ਲਈਏ ਤਾਂ ਉਹ ਦੇਸ਼ ਦੀ ਜਿਹੜੀ ਮੋਦੀ ਸਰਕਾਰ ਹੈ ਉਸ ਨੂੰ ਚੁਕਾਉਣ ਦੇ ਵਿੱਚ ਕਾਮਯਾਬ ਹੋਣ ਦੇ ਵਿੱਚ ਸਫਲ ਹੁੰਦਾ ਹੋਇਆ ਦਿਖਾਈ ਦੇ ਰਿਹਾ ਔਰ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਕਰਕੇ ਮੰਥਨ ਕੀਤਾ ਗਿਆ ਸੀ ਕਿਉਂਕਿ ਕੱਲ ਜਿਹੜੀ ਹੈ ਦੁਬਾਰਾ ਤੋਂ 5ਵੀਂ ਵਾਰ ਜਿਹੜੀ ਹੈ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਹੋਏਗੀ ਕਿ ਕੁਝ ਸਾਹਮਣੇ ਆਉਂਦਾ ਉਹ ਵੀ ਲਾਈਵ ਚਰਚਾ ਤੁਹਾਡੇ ਨਾਲ ਕਰਦੇ ਰਵਾਂਗੇ ਪਰ ਅੱਜ ਜਿੱਥੇ ਇੱਕ ਪਾਸੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਵੱਖ-ਵੱਖ ਵਰਗਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਔਰ ਜਿਹੜੇ ਮਹਿਮਾਨ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਤੁਹਾਨੂੰ ਉਹਦੇ ਨਾਲ ਰੂਬਰੂ ਕਰਵਾ ਦਈਏ ਕਿਉਂਕਿ ਉਹਨਾਂ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਹੈ ਜੀ ਹਾਂ ਵੱਡਾ ਐਲਾਨ ਕੀਤਾ ਗਿਆ ਕਿ ਕਿਸਾਨਾਂ ਦੇ ਉੱਤੇ ਜੇਕਰ ਕੋਈ ਵੀ ਪੀੜ ਪੈਵੇਗੀ ਕਾਨੂੰਨ ਦੇ ਤਹਿਤ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਫ੍ਰੀ ਜਿਹੜਾ ਕੇਸ ਹੈ ਲੜਿਆ ਜਾਵੇਗਾ ਮੇਰੇ ਨਾਲ ਮੌਜੂਦ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੁਨੀਲ ਮੱਲਨ ਜੀ ਮੱਲਨ ਸਾਹਿਬ ਨਿੱਘਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸ਼੍ਰੋਤਿਆਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ੍ਰੀ ਅਕਾਲ ਦਰਸ਼ਕੋ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਇਹਨਾਂ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਸਾਡੇ ਦੇਸ਼ ਦੇ ਕਿਸਾਨਾਂ ਦੇ ਲਈ ਸਾਡੇ ਪੰਜਾਬ ਦੇ ਕਿਸਾਨਾਂ ਦੇ ਲਈ ਕਿਉਂਕਿ ਦਿੱਲੀ ਦੀ ਪੁਲਿਸ ਦੇ ਵੱਲੋਂ ਵੀ ਜਿਹੜਾ ਕਿਸਾਨਾਂ ਦੇ ਉੱਤੇ ਪਰਚੇ ਜਿਹੜੇ ਆ ਕਰਨੇ ਸ਼ੁਰੂ ਕਰ ਦਿੱਤੇ ਗਏ ਆ ਕਾਨੂੰਨੀ ਰਾਏ ਲੈਣੀ ਬਹੁਤ ਜ਼ਰੂਰੀ ਹੈ ਕਾਨੂੰਨ ਕੀ ਪ੍ਰਕਿਰਿਆ ਰਹੇਗੀ ਸੁਨੀਲ ਮੱਲਨ ਜੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਵੀ ਸਾਡੇ ਸੂਬੇ ਦਾ ਕਿਸਾਨ ਹੈ ਕੋਈ ਵੀ ਉਹਨੂੰ ਪੀੜ ਪੈਂਦੀ ਹੈ ਕੋਈ ਵੀ ਕਾਨੂੰਨੀ ਰਾਏ ਲੈਣੀ ਹੈ ਜਾਂ ਕੇਸ ਲੜਨਾ ਹੈ ਤਾਂ ਸੁਨੀਲ ਮੱਲਨ ਸਾਹਿਬ ਉਹਨਾਂ ਦਾ ਜਿਹੜਾ ਕੇਸ ਹੈ ਔਰ ਬਿਲਕੁਲ ਮੁਫਤ ਦੇ ਵਿੱਚ ਲੜਨਗੇ ਜੀ ਹਾਂ ਬਿਲਕੁਲ ਦਰਸ਼ਕੋ ਤੁਸੀਂ ਲਾਈਵ ਦੇਖ ਰਹੇ ਹੋ ਔਰ ਤੁਹਾਨੂੰ ਅਵੀ ਅਪੀਲ ਇਹੀ ਹੈ ਕਿ ਟੀਵੀ ਸਕਰੀਨ ਤੇ ਜਿਹੜੇ ਨੰਬਰ ਦਿੱਤੇ ਨੇ ਉਹਨਾਂ ਨੰਬਰਾਂ ਦੇ ਉੱਤੇ ਆਪਣਾ ਸਾਡੇ ਨਾਲ ਰਾਬਤਾ ਕਾਇਮ ਕਰਕੇ ਆਪਣੇ ਪ੍ਰਸ਼ਨ ਜ਼ਰੂਰ ਦੱਸਿਓ ਔਰ ਜਿਹੜੀ ਵੀ ਪ੍ਰਤੀਕਿਰਿਆ ਹੋਵੇ ਕਿਉਂਕਿ ਦੇਸ਼ ਦਾ ਕਿਸਾਨ ਜਿਹੜਾ ਹੈ ਦਿੱਲੀ ਬਾਰਡਰ ਦੇ ਉੱਤੇ ਬੈਠਾ ਹੈ ਵੱਖ-ਵੱਖ ਵਰਗਾਂ ਦੇ ਵੱਲੋਂ ਉਹਨਾਂ ਨੂੰ ਸਮਰਥਨ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ ਮੱਲਨ ਸਾਹਿਬ ਤੁਹਾਡਾ ਵੀ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਏਡਾ ਵੱਡਾ ਐਲਾਨ ਕੀਤਾ ਹੈ ਅੱਜ ਲੋੜ ਸੀਗੀ ਕਿਉਂਕਿ ਹਰ ਇੱਕ ਮੱਲਨ ਸਾਹਿਬ ਆਪਾਂ ਜਿਹੜੇ ਲੋਕ ਆ ਨਾ ਕਿਸਾਨੀ ਦੇ ਨਾਲ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਜ਼ਰੂਰ ਜੁੜੇ ਹੋਏ ਆ ਔਰ ਇਹ ਜਿਹੜੇ ਤਿੰਨ ਕਾਨੂੰਨ ਨੇ ਇਹ ਵੀ ਆਪਾਂ ਜਿਹੜੀ ਲਗਾਤਾਰ ਚਰਚਾ ਕੀਤੀ ਜਾਂਦੀ ਰਹੀ ਹੈ ਕਿ ਸਾਰੇ ਵਰਗਾਂ ਨੂੰ ਇਸ ਦਾ ਨੁਕਸਾਨ ਹੋਣਾ ਹੈ ਔਰ ਕੀ ਕਹੋਗੇ ਕੀ ਸੋਚ ਕੇ ਜਿਹੜਾ ਤੁਸੀਂ ਏਡਾ ਵੱਡਾ ਐਲਾਨ ਕੀਤਾ ਹੈ ਸਰ ਆਦਮਖੋਰ ਕਾਨੂੰਨ ਨੇ ਤਿੰਨੋ ਹੀ ਜੀ ਇਹ ਇਨਸਾਨ ਨੂੰ ਜੀਵ ਜੰਤੂ ਨੂੰ ਖਤਮ ਕਰ ਦੇਣਗੇ ਚਾਰ ਕੁ ਘਰਾਣਿਆਂ ਦੀ ਜੇਬ 'ਚ ਪੈਸੇ ਜਾਣਗੇ ਅੱਜ ਦੀ ਉਦਾਹਰਣ ਮੈਂ ਤੁਹਾਨੂੰ ਵੀ ਬੈਠੇ ਬੈਠੇ ਸਲਾਹ ਕਰਦਾ ਪਿਆ ਸੀ ਵੀ ਸਾਡਾ ਕਿਸਾਨ 10 ਰੁਪਏ ਕਿਲੋ 7 ਰੁਪਏ ਕਿਲੋ ਛੱਲੀਆਂ ਮੰਡੀ 'ਚ ਵੇਚ ਆਉਂਦਾ ਵਿਚਾਰਾ ਜੀ ਯਾਨੀ ਕਿ ਰੁਪਈਆ 1.5 ਰੁਪਇਆਂ ਦੀ ਜਿਹੜੀ ਇੱਕ ਛੱਲੀ ਪੈਂਦੀ ਹੈ ਉਹ ਅੱਜ ਵੀ ਰਿਲਾਇੰਸ ਦੇ ਸਟੋਰ ਤੇ ਜਾਂ ਦੂਜੇ ਸਟੋਰ ਤੇ 80 ਰੁਪਈਆਂ ਦੀ ਮਿਲਦੀ ਪਈ ਹੈ ਇਹ ਲੋਕ ਡਰਾਮੇਬਾਜ਼ੀ ਕਰਨਗੇ ਸਰਟੀਫਿਕੇਸ਼ਨਾਂ ਵਿਖਾਉਣਗੇ ਤੇ ਤੁਸੀਂ 1000 ਰੁਪਏ ਕਿਲੋ ਆਟਾ ਵੀ ਖਾਓਗੇ ਐਸੇ ਐਸੇ ਗਲਤ ਕਾਨੂੰਨ ਨੇ ਜਿਹਦੇ 'ਚ ਇਹ ਲਿਖਿਆ ਗਿਆ ਕਿ ਜੇ ਪਿਛਲੇ ਸਾਲ ਨਾਲੋਂ 100% ਰੇਟ ਵਧੇਗਾ ਤੇ ਸਰਕਾਰ ਦਖਲਅੰਦਾਜ਼ੀ ਦੇਵੇਗੀ ਮੀਨਜ਼ ਅੱਜ ਪਹਿਲਾਂ ਪਿਆਜ਼ ਦਾ ਮੁੱਲ ਅਸੀਂ 100 ਰੁਪਏ ਕਰਤਾ ਅਗਲੇ ਸਾਲ ਜੇ 199 ਰੁਪਈਏ ਹੋਇਆ ਤਾਂ ਸਰਕਾਰ ਕੁਛ ਨਹੀਂ ਕਹੇਗੀ ਪਰ ਜੇ 100 ਰੁਪਏ 200 ਦੇਣ ਫਿਰ ਕਹੇਗੀ ਮੱਲਨ ਸਾਹਿਬ ਆਪਣੇ ਗੱਲਾਂ ਬਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਆਪਣੇ ਕਾਲਰ ਜੁੜੇ ਨੇ ਕਾਲ ਅਟੈਂਡ ਕਰ ਲੈਂਦੇ ਆ ਸਤਿ ਸ੍ਰੀ ਅਕਾਲ ਜੀ ਲਾਈਵ ਪ੍ਰੋਗਰਾਮ 'ਚ ਤੁਹਾਡਾ ਹਾਰਦਿਕ ਸਵਾਗਤ ਹੈ ਹੈਲੋ ਵੀਰ ਜੀ ਆਪ ਜੀ ਕੋਗਾ ਫਾਈਲ ਦੀ ਦਵਾਈ ਦਿੱਤੇ ਹੋਣਾ ਵੀਰ ਜੀ
हैलो अज भाजी जो प्रोग्राम है ना वो किसान वास्ते है कानूनी सलाह वास्ते है जी वैद जी वाला प्रोग्राम दोबारा वीरवार हुंदा है तुसी वीरवार कॉल कर लो जी मल्ल साहब तुसी अहम जानकारी सांझी कर दे मैं एक पहला दे वादा जो मैं दिता है वो मैं पूरा करांगा कोई कानूनी राय चाहिए ऑर्डिनेंस बनान च या जिहड़ी आपां प्रपोजल देनी है सरकार नूं उहदे च मेरी कोई मदद चाहिए होवे या किसी भी साडे किसान वीर नाल कोई गैर कानूनी धक्का पुलिस या कोई होर महकमा करदा है मैं तुहाडे लई फ्री ऑफ कॉस्ट केस लड़ांगा एक गल याद रखना तुहाडे वल्लों धक्का नहीं होया होना चाहिए जी ਤੁਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦਾ ਕਿਸਾਨਾਂ ਵਿਚਾਰਿਆਂ ਨੇ ਕੀ ਤੱਕ ਕਰਨਾ ਹੈ ਇਨ ਕੇਸ ਲਗਾਤਾਰ 2 ਮਹੀਨਿਆਂ ਤੋਂ ਆਪਣਾ ਕੰਮ ਕਰ ਛੱਡ ਕੇ ਜਿਹੜੇ ਜਿਹੜੇ ਬੈਠੇ ਨੇ ਸਾਡੇ ਲਈ ਬੈਠੇ ਨੇ ਕੰਮਾਂ ਤੇ ਦੇਨੇ ਔਰ ਇਹਨਾਂ ਨੂੰ ਕੀ ਤੱਕ ਕਰਨਾ ਇਹਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਕਾਨੂੰਨ ਬਣੇ ਹੈ ਇਹ ਕਾਨੂੰਨ ਸਿਰਫ 2 ਜਾਂ 4 ਬੰਦਿਆਂ ਦੇ ਫਾਇਦੇ ਲਈ ਬਣੇ ਹੈ ਮੈਂ ਇਸੇ ਆਪਣੇ ਚੈਨਲ ਤੇ ਬੈਠ ਕੇ ਇੱਕ ਵਾਰੀ ਦੂਸਰੇ ਆਪਣੇ ਅਮਨ ਜੀ ਨਾਲ ਮੋਹਾਲ ਜੀ ਨਾਲ ਕਰ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਹਿੰਦੇ ਜੀ ਕਾਨੂੰਨ ਬਾਰੇ ਕੀ ਕਹੋਗੇ ਤੇ ਮੈਂ ਇਹ ਕਿਹਾ ਸੀ ਮੈਂ ਕਿਹਾ ਬਹੁਤ ਵਧੀਆ ਕਾਨੂੰਨ ਹੈ ਪਰ ਕਿਹਦੇ ਲਈ ਇਹ ਸੋਚਣਾ ਪਏਗਾ ਅੱਜ ਉਹ ਗੱਲ ਸਾਹਮਣੇ ਆਉਂਦੀ ਪਈ ਹੈ ਦੋ ਘਰਾਣਿਆਂ ਲਈ ਇਹ ਬਹੁਤ ਵਧੀਆ ਕਾਨੂੰਨ ਹੈ ਤੇ ਜੇ ਅਸੀਂ ਆਮ ਬੰਦੇ ਦੀ ਗੱਲ ਕਰੀਏ ਰਿਕਸ਼ੇ ਵਾਲਾ ਤੇ ਵਿਚਾਰਾ ਅੱਜ ਵੀ ਕਿਲੋ ਦਾਲ ਲੈ ਕੇ ਨਹੀਂ ਖਾ ਸਕਦਾ ਘਰ ਚ ਇੰਨੀ ਮਹਿੰਗਾਈ ਹੋ ਗਈ ਇੰਡੀਆ ਚੋਂ ਪਿਆਜ਼ ਭਾਜੀ ਖਰੀਦ ਕੇ ਦੁਬਈ ਚ ਵੇਚ ਰਹੇ ਆ 50 ਰੁਪਏ ਕਿਲੋ ਜੀ ਇੰਡੀਆ ਚ ਰੇਟ 100 ਰੁਪਏ ਕਿਲੋ ਹੈ ਆਲੂ 70 ਰੁਪਏ ਕਿਲੋ ਪਹੁੰਚ ਗਿਆ ਜੀ ਜਮ੍ਹਾਂਖੋਰੀ ਵਧੇਗੀ ਬਿਲਕੁਲ ਜੇ ਮੈਂ ਕਹਿੰਦਾ ਭਾਜੀ ਚਲੋ ਆਪਾਂ ਛੋਟੀ ਜਿਹੀ ਗੱਲ ਕਰੀਏ ਜੇ ਕਾਨੂੰਨ ਬਹੁਤ ਵਧੀਆ ਸੀ ਇਹ ਕਾਨੂੰਨ ਦਾ ਕੁਛ ਅੰਸ਼ ਬਿਹਾਰ ਚ ਲਾਗੂ ਹੋਏ ਨੂੰ ਬੜੇ ਸਾਲ ਹੋ ਗਏ ਉੱਥੇ ਦੇ ਕਿਸਾਨ ਨੇ ਕੀ ਤਰੱਕੀ ਕੀਤੀ ਦੱਸਿਓ ਪੰਜਾਬ ਚ ਆਉਂਦਾ ਲੇਬਰ ਕਰਨ ਵਾਸਤੇ ਪੰਜਾਬ ਚ ਆਉਂਦਾ ਲੇਬਰ ਕਰਨ ਵਾਸਤੇ ਕਿਉਂਕਿ ਉੱਥੇ ਖੇਤੀ ਕਰਾਂਗੇ ਪੱਲੇ ਕੁਛ ਨਹੀਂ ਪੈਣਾ ਔਰ ਸਾਡਾ 80% ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਵਾਲਾ ਹੈ 80% ਕਿਸਾਨ ਤੇ ਜਿਹਦੇ ਕੋਲ ਜਦੋਂ ਇਹਨਾਂ ਵੱਡੇ ਘਰਾਣੇ ਵਾਲਿਆਂ ਨੇ 200-200 ਏਕੜ ਮੱਲਣੇ ਆ 500-500 ਏਕੜ 1000-1000 ਏਕੜ ਮੱਲਣੇ ਆ ਔਰ ਜਦੋਂ ਤੁਹਾਡੇ ਕੋਲੋਂ ਇਹਨਾਂ ਨੇ ਆਪਣੀਆਂ ਰਜਿਸਟਰੀਆਂ ਗਹਿਣੇ ਰਖਾ ਲੈਣੀ ਹੈ ਆਪਣੇ ਘਰ 'ਚ ਕੋਈ ਭੀੜ ਪੈ ਗਈ ਕੋਈ ਮੈਡੀਕਲ ਪ੍ਰੋਬਲਮ ਆ ਗਈ ਕੁਛ ਆ ਗਿਆ ਤੁਸੀਂ ਆਪਣੀ ਉਹ ਜ਼ਮੀਨ ਨਾ ਗਹਿਣੇ ਰੱਖ ਸਕੋਗੇ ਦੁਬਾਰਾ ਨਾ ਵੇਚ ਸਕੋਗੇ ਜਿਵੇਂ ਪਹਿਲਾਂ ਆਪਣੇ ਘਰ 'ਚ ਵਿਆਹ ਹੁੰਦਾ ਸੀ ਤੇ ਆੜਤੀ ਨੂੰ ਰਜਿਸਟਰੀ ਦੇ ਕੇ ਕੁੜੀ ਦਾ ਮੁੰਡੇ ਦਾ ਵਿਆਹ ਕਰ ਲੈਂਦੇ ਸੀ ਜੀ 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 ਸੋ ਬੜੀਆਂ ਠੱਗੀਆਂ ਨੇ ਔਰ ਉਹਦੇ 'ਚ ਫਿਰ ਮੈਂ ਕਹਿੰਦਾ ਪਿਆ ਕਿ ਕੋਈ ਪ੍ਰੋਬਲਮ ਤੁਹਾਨੂੰ ਆਉਂਦੀ ਹੈ ਬੇਝਿਜਕ ਮੇਰਾ ਨੰਬਰ ਮੇਰੀ ਸਕਰੀਨ ਥੱਲੇ ਲਿਖਿਆ ਅੱਜ ਮੇਰੀ ਹਾਲਾਤ ਵੀ ਨਹੀਂ ਸੀ ਆਉਣ ਵਾਲੇ ਪਰ ਮੇਰੇ ਕੋਲ ਰਿਹਾ ਨਹੀਂ ਗਿਆ ਪਿਛਲੇ ਪ੍ਰੋਗਰਾਮ 'ਚ ਮੈਂ ਸਕਾਈਪ 'ਤੇ ਆਇਆ ਸੀ ਔਰ ਐਤਕੀ ਮੈਂ ਆ ਕੇ ਸਪੈਸ਼ਲ ਕਹਿੰਦਾ ਪਿਆ ਕਿ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਮੇਰੇ ਨਾਲ ਫੋਨ ਕਰੋ ਸਲਾਹ ਲਵੋ ਮੈਂ ਇੱਕ ਹੋਰ ਸਰ ਦੱਸਣ ਲੱਗਾ ਸੀ ਵੀ ਅਸੀਂ ਇਹਨਾਂ ਵਾਸਤੇ ਕਿਸੇ ਤਰ੍ਹਾਂ ਦਾ ਵੀ ਮੋਰਚਾ ਖੋਲ੍ਹਣ ਨੂੰ ਤਿਆਰ ਹਾਂ ਮੈਂ ਕਿ ਮੇਰੇ ਨਾਲ ਬੜੇ ਵਕੀਲ ਭਰਾ ਨੇ ਮੇਰੇ ਜਿਹੜੇ ਤਿਆਰ ਬੈਠੇ ਨੇ ਜੀ ਬਿਲਕੁਲ ਦੱਸੋ ਜਿੰਨੇ ਵੀ ਕਿਸਾਨ ਵੀਰ ਇਸ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਮੱਲਨ ਸਾਹਿਬ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਗਿਆ ਹੈ ਔਰ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਜਿੱਦਾਂ ਆਪਾਂ ਨਿਹਰਾ ਮੱਲਨ ਸਾਹਿਬ ਨਹੀਂ ਹੈ ਹੋਰ ਵੀ ਵੱਖ ਵੱਖ ਵਰਗਾਂ ਦੇ ਲੋਕ ਨੇ ਜਿਹੜੇ ਧਰਨਿਆਂ ਦੇ ਵਿੱਚ ਵੀ ਸ਼ਿਰਕਤ ਕਰ ਰਹੇ ਨੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜੇ ਲੋਕ ਨਹੀਂ ਵੀ ਜਾ ਪਾ ਰਹੇ ਉਹ ਆਪਣੇ ਕਿੱਤੇ ਦੇ ਰਾਹੀਂ ਜਿਨ੍ਹਾਂ ਦੀ ਮਕਬੂਲੀਅਤ ਜਿਸ ਰਾਹੀਂ ਉਹਨਾਂ ਕੋਲ ਹਾਸਲ ਹੈ ਉਸ ਰਾਹੀਂ ਕਿਸਾਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੱਲਨ ਸਾਹਿਬ ਦਾ ਵੱਡਾ ਸਹਿਯੋਗ ਰਿਹਾ ਵੱਡਾ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਰਾਏ ਲੈਣੀ ਹੈ ਕਾਨੂੰਨੀ ਕੇਸ ਦਰਜ ਹੋਏ ਨੇ ਕੇਸ ਲੜਨਾ ਹੈ ਤਾਂ ਇਹਨਾਂ ਦੇ ਵੱਲੋਂ ਜਿਹੜਾ ਹੈ ਫ੍ਰੀ ਜਿਹੜਾ ਹੈ ਬਿਲਕੁਲ ਮੁਫਤ ਜਿਹੜਾ ਕੇਸ ਹੈ ਉਹ ਲੜਿਆ ਜਾਵੇਗਾ ਮੱਲਨ ਸਾਹਿਬ ਆਪਾਂ ਅੱਗੇ ਵਧੀਏ ਜਦੋਂ ਕਿਸਾਨ ਅੰਦੋਲਨ ਚੱਲਦਾ ਹੈ 26 ਤਰੀਕ ਨੂੰ ਐਲਾਨ ਕੀਤਾ ਜਾਂਦਾ ਹੈ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਮੰਥਨ ਕੀਤਾ ਜਾਂਦਾ ਹੈ ਕਿ ਭਾਈ ਜੇਕਰ ਮੋਦੀ ਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤਾਂ 26 ਤੇ 27 ਨੰਬਰ ਨੂੰ ਜਿਹੜੀ ਬੀਤ ਚੁੱਕੀ ਹੈ ਉਦੋਂ ਆਪਾਂ ਦਿੱਲੀ ਨੂੰ ਘੇਰਨ ਦੀ ਤਿਆਰੀ ਕਰਨੀ ਹੈ ਜੀ ਕਾਨੂੰਨੀ ਤੌਰ ਤੇ ਦੇਖਿਆ ਜਾਵੇ ਜੋ ਆਪਣੇ ਗਵਾਂਢੀ ਸੂਬੇ ਦੇ ਜਿਹੜੇ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਸਾਹਿਬ ਸਾਡੇ ਸਤਿਕਾਰਯੋਗ ਨੇ ਜੋ ਉਹਨਾਂ ਦੇ ਵੱਲੋਂ ਰਸਤੇ ਦੇ ਵਿੱਚ ਕੀਤਾ ਗਿਆ ਜੀ ਕਿੰਨਾ ਕਿ ਇਹ ਕਾਨੂੰਨ ਦੇ ਤਹਿਤ ਸਹੀ ਸੀਗਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਮੈਂ ਇਹਦੇ ਵਿੱਚ ਭਾਜੀ ਥੋੜੀ ਜਿਹੀ ਹੋਰ ਬੈਕਗ੍ਰਾਉਂਡ ਦਿੰਦਾ ਜਿਹੜੀ ਇਹ 26-27 ਨਵੰਬਰ ਦਾ ਐਲਾਨ ਸੀ ਇਹ ਲਗਭਗ ਅਕਤੂਬਰ ਦੇ ਆਖਿਰ ਚ ਆ ਗਿਆ ਸੀ ਔਰ ਉਹ 5 ਨਵੰਬਰ ਨੂੰ ਪਹਿਲਾਂ ਕਿਹਾ ਗਿਆ ਸੀ ਕਿ 5 ਨਵੰਬਰ ਨੂੰ ਅਸੀਂ ਬੰਦ ਕਰਨਾ ਫਿਰ ਉਸ ਤੋਂ ਬਾਅਦ 26-27 ਨਵੰਬਰ 2 ਦਿਨ ਦਾ ਇਹ ਪਹਿਲਾਂ ਇਹ ਲਾਜ਼ ਮਹੀਨਾ ਡੇਢ ਮਹੀਨਾ ਪਹਿਲਾਂ ਕਰ ਦਿੱਤਾ ਗਿਆ ਸੀ ਸਰਕਾਰਾਂ ਨੂੰ ਅਥਾਰਟੀਜ਼ ਨੂੰ ਇੰਨੀ ਗੱਲ ਪਤਾ ਸੀ ਕਿ ਇਹ ਬੰਦ ਹੋਣਾ ਔਰ ਦਿੱਲੀ ਨੂੰ ਫੌਜਾਂ ਸਾਡੀਆਂ ਕੂਚ ਕਰਨੀ ਹੈ ਜਿਹੜਾ ਹੁਣ ਮੈਂ ਗੱਲ ਕਰਦਾ ਵੀ ਜਿਹੜੀ ਸਾਡੀ ਸੂਬਾ ਸਾਡਾ ਗਵਾਂਢੀ ਸੂਬਾ ਜਿਹੜਾ ਸਾਡੇ ਚੋਂ ਹੀ ਨਿਕਲਿਆ ਪੰਜਾਬ ਵਿੱਚੋਂ ਹਰਿਆਣਾ ਤੇ ਹਿਮਾਚਲ ਨਿਕਲਿਆ ਔਰ ਕੁਝ ਪੰਜਾਬ ਸਾਡਾ ਪਾਕਿਸਤਾਨ 'ਚ ਚਲਾ ਗਿਆ ਸਿਹੜਾ ਸਾਡਾ ਗਵਾਂਢੀ ਸੂਬਾ ਉਹਨੇ ਸਾਡੇ ਨਾਲ ਭਾਈਵਾਲੀ ਨਾਲ ਵਿਤਕਰਾ ਕੀਤਾ ਉਸ ਉੱਥੇ ਵੀ ਕਿਸਾਨ ਨੇ ਮਤਲਬ ਸਾਹਿਬ ਮਾਫ ਕਰਨਾ ਮੈਂ ਰੋਕਾਂਗਾ ਕਿਉਂਕਿ ਲਗਾਤਾਰ ਜਦੋਂ
ਸਾਡੀ ਟੀਮ ਦਿੱਲੀ ਗਈ ਸੀ ਹਰਿਆਣਾ ਦਾ ਜਿਹੜਾ ਕਿਸਾਨ ਹੈ ਉਹਦੇ ਵੱਲੋਂ ਤਾਂ ਜਿਹੜਾ ਛੋਟੇ ਭਾਈ ਵਾਲਾ ਕਿਰਦਾਰ ਨਿਭਾਇਆ ਜਾ ਰਿਹਾ ਜੀ ਹੁਣ ਨਿਭਾਇਆ ਜਾ ਰਿਹਾ ਉੱਥੇ ਪੰਜਾਬ ਤੇ ਹਰਿਆਣਾ ਦਾ ਕਿਸਾਨ ਇਕੱਠਾ ਸੀਗਾ ਔਰ ਉਹਨਾਂ ਦੇ ਵੱਲੋਂ ਖੱਟਰ ਸਾਹਿਬ ਤੇ ਬੜੇ ਤਿੱਖੇ ਮਾਰ ਕੀਤੇ ਗਏ ਬਿਲਕੁਲ ਜੀ ਹਾਂ ਮੈਂ ਕਹਿੰਦਾ ਕਿ ਸਾਡੇ ਕਿਸਾਨ ਭਰਾਵਾਂ ਨੇ ਹਰ ਜਗ੍ਹਾ ਤੋਂ ਸਾਥ ਦਿੱਤਾ ਜੀ ਔਰ ਇਸ ਤੋਂ ਇਲਾਵਾ ਜਿਹੜੀਆਂ ਅਹੁਦੇਦਾਰ ਜਮਾਤਾਂ ਨੇ ਜਿਵੇਂ ਵਕੀਲ ਭਰਾ ਨੇ ਸਾਡੇ ਉਹਨਾਂ ਨੇ ਹਰ ਹਾਈ ਕੋਰਟ ਅਸੀਂ ਲਾਇਆ ਸੀ ਕਿ ਅਸੀਂ ਤੁਹਾਡੇ ਨਾਲ ਹਾਂ ਸਾਡੀਆਂ ਬਾਕੀ ਡਿਸਟ੍ਰਿਕਟ 12 ਨੇ ਵੀ ਤੁਹਾਡੇ ਨਾਲ ਲਾਇਆ ਹੋਰ ਕਈ ਅਦਾਰਿਆਂ ਨੇ ਲਾਇਆ ਜਿਹੜਾ ਇਹ ਗੈਰ ਕਾਨੂੰਨੀ ਕੰਮ ਮੌਜੂਦਾ ਸਰਕਾਰ ਸਾਡੇ ਗੁਆਂਢੀ ਦੇਸ਼ ਦੀ ਨੇ ਕੀਤਾ ਹੈ ਗੁਆਂਢੀ ਆਪਣੇ ਸੂਬੇ ਨੇ ਕੀਤਾ ਇਹ ਟੋਟਲੀ ਗੈਰ ਕਾਨੂੰਨੀ ਹੈ ਮੈਂ ਇਹਦੇ ਤੇ ਲੀਗਲ ਨੋਟਿਸ ਪਾਉਣ ਲੱਗਾ ਜੀ ਉਸ ਤੋਂ ਬਾਅਦ ਮੈਂ PIL ਵੀ ਪਾਉਣੀ ਹੈ ਜੀ ਔਰ ਮੇਰਾ ਉਹਦੇ 'ਚ ਇੱਕੋ ਹੀ ਚੀਜ਼ ਹੈ ਕਿ ਜਿਹੜੀ ਤੋੜ ਫੋੜ ਇਹ ਸਰਕਾਰੀ ਨੌਕਰਾਂ ਨੇ ਕੀਤੀ ਹੈ ਮੇਰਾ ਸ਼ਬਦ ਯਾਦ ਰੱਖਣਾ ਸਰਕਾਰੀ ਨੌਕਰ ਜਿਹੜੇ ਪਬਲਿਕ ਸਰਵੈਂਟ ਨੇ ਇਹਨਾਂ ਨੇ ਫ੍ਰੀ ਮੂਵਮੈਂਟ ਨੂੰ ਰੋਕਿਆ ਇਹਨਾਂ ਦੇ ਖਿਲਾਫ FIR ਦੀ ਡਿਮਾਂਡ ਵੀ ਕਰ ਰਹੇ ਹਾਂ ਉਹਦੇ 'ਚ ਅਤੇ ਸੈਕਿੰਡ ਇਹਨਾਂ ਦੀਆਂ ਤਨਖਾਹਾਂ ਕੱਟ ਕੇ ਉਹਦੇ ਵਿੱਚੋਂ ਉਹ ਚੀਜ਼ਾਂ ਰਿਪੇਅਰ ਕਰਾਈਆਂ ਜਾਣ ਜਿਹੜੀਆਂ JCBਆਂ ਜਾਂ ਪੱਥਰ ਲਿਆ ਕੇ ਜਾਂ ਬੈਰੀਗੇਟਿੰਗ ਕੀਤੀ ਹੈ ਵਾਟਰ ਕੈਨਨ ਚਲਾਏ ਨੇ ਉਹਦੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਕਾਨੂੰਨੀ ਤੌਰ ਤੇ ਤੁਹਾਡਾ ਇਹ ਮੱਲਨ ਸਾਹਿਬ ਕਹਿਣਾ ਹੈ ਕਿ ਜਿਹੜਾ ਮਨੋਹਰ ਲਾਲ ਖੱਟਰ ਨੇ ਜਿਵੇਂ ਆਪਾਂ ਸੜਕ ਦੇ ਉੱਤੇ ਖੱਡੇ ਪੱਟ ਦਿੱਤੇ ਗਏ 20-20 ਫੁੱਟ ਕਿ ਬਾਈ ਮੁਰੰਮਤ ਦਾ ਕੰਮ ਚੱਲ ਰਿਹਾ ਜਾਂ ਬੈਰੀਗੇਟਿੰਗ ਕਰ ਲਈ ਜਾਂ ਪਾਣੀ ਦੀਆਂ ਬੁਸ਼ਾਰਾ ਕਿਸਾਨ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਚਲਾਈਆਂ ਗਈਆਂ ਉਹਦੇ ਤਹਿਤ ਤੁਸੀਂ ਮੁਹਿੰਮ ਵਿੱਢਣ ਜਾ ਰਹੇ ਹੋ ਜੀ ਉਹ ਮੁਹਿੰਮ ਕਰਨਗੇ ਦੇਖੋ ਆਰਟੀਕਲ 19 ਕਨਸਟੀਟਿਊਸ਼ਨ ਆਫ ਇੰਡੀਆ ਜੀ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਅਟੈਕ ਜੀ ਗੈਰ ਕਾਨੂੰਨੀ ਕਹਿੰਦਾ ਮੇਰਾ ਸੰਵਿਧਾਨਿਕ ਅਧਿਕਾਰਾਂ ਦਾ ਖਨਨ ਹੈ ਜੇ ਸਰਕਾਰ ਅਕਲਮੰਦ ਹੁੰਦੀ ਜੇ ਸਾਡੇ ਅਹੁਦੇਦਾਰ ਅਕਲਮੰਦ ਹੁੰਦੇ 2 ਮਹੀਨਿਆਂ ਤੋਂ ਸਾਡੇ ਕਿਸਾਨ ਭਰਾ ਪੰਜਾਬ ਦੇ ਟੋਲ ਬੰਦ ਕਰਕੇ ਬੈਠੇ ਆ ਮੇਰਾ ਇਹ ਵੀ ਐਲਾਨ ਹੈ ਬਾਕੀ ਦੇਸ਼ 'ਚ ਕਿ ਬਾਕੀ ਕਿਸਾਨ ਵੀ ਸਾਰੇ ਦੇਸ਼ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਉਹਨਾਂ ਨੂੰ ਬੰਦ ਕਰਾਓ ਤਾਂ ਕਿ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਕਮਾਈਆਂ ਪਹਿਲਾਂ ਤਾਂ ਬੰਦ ਹੋਣ ਸੈਕਿੰਡ ਜੋ ਇਹਨਾਂ ਨੇ ਗੈਰ ਕਾਨੂੰਨੀ ਹਰਕਤਾਂ ਕੀਤੀਆਂ ਕੋਈ ਸੜਕ ਨਹੀਂ ਸੀ ਬਣਦੀ ਵੀ ਸਹੀ ਸੜਕ ਤੋੜ ਕੇ ਇਹਨਾਂ ਨੇ ਰਸਤੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜੇ ਰਸਤੇ ਰੋਕੇ ਨੇ ਇਹਨਾਂ ਨੇ ਉਹ ਸੈਕਸ਼ਨ 431 IPC ਦੀ ਧਾਰਾ 'ਚ 50 ਰੁਪਏ ਤੋਂ ਵੱਧ ਜਦੋਂ ਤੁਸੀਂ ਨੈਸ਼ਨਲ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਹੋ ਇਹ ਇਸ ਵੇਲੇ ਪੁਲਿਸ ਨੇ DC ਨੇ ਤੇ ਜਾਂ ਇਹੋ ਜਿਹੀਆਂ ਅਥਾਰਟੀਆਂ ਨੇ ਅਥਾਰਟੀ ਜਿਹੜੀਆਂ ਸੀਗੀਆਂ ਹਰਿਆਣੇ ਦੀਆਂ ਉਹਨਾਂ ਦੇ ਖਿਲਾਫ ਇਹ ਮੁਹਿੰਮ ਚਲਾਈ ਜਾਏਗੀ ਜਦੋਂ ਪਿੱਛੇ ਜੇ ਇੱਕ ਭੀੜ ਪਈ ਸੀ ਉਦੋਂ ਇਹਨਾਂ ਨੇ ਕਿਸੇ ਇੱਕ ਪਰਟੀਕੂਲਰ ਡੇਰੇ ਦੇ ਸਮਰਥਕਾਂ ਦੇ ਇਹ ਧਾਰਾ ਲਾਈਆਂ ਸੀ ਕਿ ਤੁਹਾਡੇ ਡੇਰੇ ਦੇ ਸਮਰਥਕ ਤੁਸੀਂ ਆਏ ਤੇ ਤੁਸੀਂ ਇਹ ਤੋੜ ਭੰਨ ਸ਼ਹਿਰ 'ਚ ਕਰਾਈ ਤੁਸੀਂ ਤੁਹਾਡੇ ਲਈ ਸਾਨੂੰ ਫੋਰਸ ਲਿਆਉਣੀ ਪਈ ਸਾਡਾ ਕਿਸਾਨ ਭਰਾ ਤਾਂ ਕਰਦੇ ਕੁਛ ਨਹੀਂ ਪਿਆ ਕਦੀ ਇਹ ਲੋਕ ਉਹਨਾਂ ਨੂੰ ਖਾਲਿਸਤਾਨੀ ਕਹੀ ਜਾਂਦੇ ਆ ਕਦੀ ਉਹਨਾਂ ਨੂੰ ਉਗਰਵਾਦੀ ਕਹਿਣ ਲੱਗ ਪੈਂਦੇ ਆ ਕਦੀ ਵੱਖਵਾਦੀ ਕਹੀ ਜਾਂਦੇ ਆ ਕਦੀ ਸਾਡੇ ਕੋਈ ਜਿਹੜੇ ਨੱਚਣ ਵਾਲੇ ਨੱਚਣ ਵਾਲੀਆਂ ਇਹ TV ਤੇ ਜਿਹੜੀਆਂ ਨੱਚਦੀਆਂ ਨੇ ਇਹ ਸਾਡੀਆਂ ਮਾਵਾਂ ਭੈਣਾਂ ਦੇ ਉੱਤੇ 100-100 ਰੁਪਏ ਦਾ ਇਲਜ਼ਾਮ ਲਾਉਂਦੀਆਂ ਨੇ ਇਹਨਾਂ ਦਾ ਆਪਣਾ ਕਰੈਕਟਰ ਕੀ ਹੈ ਝਾਕ ਕੇ ਵੇਖ ਲਓ ਨੰਗੀਆਂ ਹੋ ਕੇ ਸੜਕ ਤੇ ਬਹਿੰਦੀਆਂ ਨੇ TV ਤੇ ਆਉਂਦੀਆਂ ਨੇ ਇਹਨਾਂ ਨੂੰ ਤੇ ਆਪ ਨਹੀਂ ਸ਼ਰਮ ਨਹੀਂ ਪਰ ਸਾਡੇ ਮਾਂ ਪਿਓ ਵਾਸਤੇ ਇਹੋ ਜਿਹੇ ਗੰਦੇ ਸ਼ਬਦ ਇਸਤੇਮਾਲ ਕਰਦੀਆਂ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਅਸੀਂ ਕਰਾਂਗੇ ਅਸੀਂ ਮੈਂ ਵਚਨਬੱਧ ਆ ਮੈਂ ਤੇ ਆਪਣੇ ਲੈਵਲ ਤੇ ਜੋ ਕਰ ਸਕਦਾ ਮੈਂ ਤੇ ਡਟਾਂਗਾ ਵੀਰ ਜੀ ਮੱਲਨ ਸਾਹਿਬ ਜਿੱਦਾਂ ਚਲੋ ਕਿਉਂਕਿ ਬਹੁਤ ਸਾਰੇ ਵਕੀਲ ਭਰਾ ਨੇ ਜਿਨ੍ਹਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਜਿੱਥੇ ਤੁਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਜਿੱਥੇ ਪ੍ਰੈਕਟਿਸ ਤੇ ਬੈਠਦੇ ਹੋ ਉਹਦੇ ਨਾਲ ਤੁਹਾਡੇ ਜਿਹੜੇ ਭਾਈਚਾਰੇ ਦੇ ਲੋਕ ਨੇ ਹੋਰ ਕਿੰਨੇ ਕੇਸ ਸਮਰਥਨ ਦੇ ਵਿੱਚ ਹਾਂ ਪੱਕੀ ਜਿਹੜਾ ਹੁੰਗਾਰਾ ਤੁਹਾਨੂੰ ਮਿਲ ਰਿਹਾ ਭਾਜੀ ਲਗਭਗ 100% ਕਹਿ ਸਕਦੇ ਹੋ ਤੁਸੀਂ ਅੱਛਾ ਜੀ ਕੋਈ ਇੱਕ ਟਾਵਾ ਵਿਰਲਾ ਹੀ ਹੋਏਗਾ ਕੋਈ ਸੱਜਣ ਜਿਹਨੂੰ ਕੋਈ ਹੋਰ ਇੰਟਰਸਟ ਹੋਏਗਾ ਅਦਰਵਾਈਜ਼ ਕੋਈ ਵੀ ਭੈਣ ਭਰਾ ਇਹੋ ਜਿਹੇ ਮੁੱਦੇ ਦੇ ਉੱਤੇ ਪੈਸੇ ਕਮਾਉਣ ਵਾਸਤੇ ਕੋਈ ਕੰਮ ਨਹੀਂ ਕਰੇਗਾ ਔਰ ਲਗਭਗ ਸਾਰੇ ਵਕੀਲ ਹਾਂ ਥੋੜ੍ਹਾ ਜਿਹਾ ਸਹਿੰਦਾ ਹੋਵੇ ਵਕੀਲ ਵਿਚਾਰਾ ਮਾੜਾ ਗਰੀਬ ਆਦਮੀ ਨਾ ਹੋਵੇ ਹਰ ਵਕੀਲ ਤੁਹਾਡੀ ਪੂਰੀ ਮਦਦ ਕਰਨ ਨੂੰ ਤਿਆਰ ਹੈ ਸਾਡਾ ਸਭ ਦਾ ਕਾਮਨ ਘਰ ਹੈ ਭਾਜੀ ਅਸੀਂ ਵੀ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੈਂ 7ਵੀਂ 8ਵੀਂ 9ਵੀਂ 10ਵੀਂ ਮੈਂ ਪਿੰਡ 'ਚ ਕੀਤੀ ਹੈ ਜੀ ਤੇ ਪਿੰਡ 'ਚ ਵਾਢੀਆਂ ਵੀ ਕੀਤੀਆਂ ਨੇ ਉਹ ਪੰਜਾਬੀ ਦੀ ਕਹਾਵਤ ਸੁਣਾਵਾਂ ਜੇ ਆਪਾਂ ਅੰਮ੍ਰਿਤਸਰ ਵੱਲ ਦੀ ਗੱਲ ਕਰੀਏ ਉਹ ਕਾਲੀ ਘੋੜੀ ਤੇ ਚੜਾ ਕੇ ਵਾਢੀਆਂ ਕਰਾਈਆਂ ਅਸੀਂ ਖੋਤੀਆਂ ਤੇ ਬੈਠੇ ਹਾਂ ਘੋੜੀਆਂ ਤੇ ਬੈਠੇ ਹਾਂ ਊਠਾਂ ਤੇ ਸਫ਼ਰ ਕੀਤਾ ਅਸੀਂ ਪੱਠੇ ਢੋਏ ਨੇ ਘਰ ਡੰਗਰਾਂ ਨੂੰ ਪਾਏ ਨੇ ਮੱਝਾਂ ਲਵੇਰਾ ਰੱਖਿਆ ਅਸੀਂ ਘਰਾਂ 'ਚ ਅਸੀਂ ਆਪਣੇ ਮਾਂ ਪਿਓ ਨਾਨਕਿਆਂ ਘਰ ਜਦੋਂ ਗਏ ਹਾਂ ਸਾਰਾ ਕੁਛ ਕੀਤਾ ਹੱਥੀਂ ਵਾਢੀਆਂ ਕੀਤੀਆਂ ਸਭ ਚੀਜ਼ ਨੂੰ ਸਮਝਦੇ ਹਾਂ ਇਹ ਅੰਦੋਲਨ ਜਿਹੜਾ ਨਾ ਮੱਲਨ ਸਾਹਿਬ ਆਪਾਂ ਹੁਣ ਜਿਹੜੀ ਝਾਤ ਮਾਰੀ ਹੈ ਨਾ ਜਿਹੜੀ ਲਗਭਗ ਇਹ ਕਿਹਾ ਜਾਂਦਾ ਕਿ ਐਡਾ ਵੱਡਾ ਅੰਦੋਲਨ ਜਿੰਨੇ ਵੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੁੰਦੀ ਰਹੀ ਹੈ ਜੀ ਇਤਿਹਾਸਿਕ ਅੰਦੋਲਨ ਹੈ ਅੱਜ ਹਰ ਵਰਗ ਹੁਣ ਤੁਸੀਂ ਦੇਖੋ ਮਿਹਨਤ ਦੇ ਨਾਲ ਜਦੋਂ ਕੋਈ ਪਲੇਅਰ ਜਾਂ ਕਿ ਖਿਡਾਰੀ ਆਪਣੀ
ਜਿਹੜੀ ਹੈ ਉਮਰ ਲਾ ਦਿੰਦਾ ਹੈ ਹਨਾ ਜਿਹੜਾ ਕਰਦਾ ਹੈ ਉਹ ਅੱਜ ਤਿਆਰ ਹੋ ਗਿਆ ਭਾਈ ਜੀ ਸਾਨੂੰ ਜਿਹੜੇ ਤੁਹਾਡੇ ਮੈਡਲ ਹੈ ਉਹ ਨਹੀਂ ਚਾਹੀਦੇ ਜਿਹੜੇ ਤੁਸੀਂ ਪਦਮ ਭੂਸ਼ਣ ਦਿੱਤੇ ਸਾਨੂੰ ਉਹ ਨਹੀਂ ਚਾਹੀਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਓ अपने मां प्यो नूं बदाम वंडे जा रहे ने उत्थे ते साडे बाबे नानक जी दा विआह वी चलदा पिआ असीं ते ओह वी सैलीब्रेट करदे पए आ साडा किसान इन्ना उद्यमी है खास करके पूरा पंजाबी कुणबा भाजी साडे महाराजा रणजीत सिंह ने या साडे पुराने गुरुआं पीरां ने ਉਹ ਥਾਂ ਫਤਿਹ ਕੀਤੀਆਂ ਨੇ ਜਿੱਥੇ ਅੱਜ ਤੇ ਅੱਜ ਦਾ ਅਮਰੀਕਾ ਵੀ ਨਹੀਂ ਪਹੁੰਚ ਸਕਿਆ ਜਿਹਨੂੰ ਆਪਾਂ ਕੰਧਾਰ ਜਾਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਸਾਡੇ ਤੇ ਬਜ਼ੁਰਗਾਂ ਨੇ ਉਹ ਕਿਲੇ ਫਤਿਹ ਕਰ ਲਏ ਮਤਲਬ ਸਾਹਿਬ ਗੱਲਾਂ ਬਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਸਾਡੇ ਨਾਲ ਕਾਲਰ ਜੁੜੇ ਨੇ ਇੱਕ ਵਾਰੀ ਕਾਲ ਅਟੈਂਡ ਕਰ ਜੀ ਸਰ ਸਤਿ ਸ਼੍ਰੀ ਅਕਾਲ ਦੀ ਲਾਈਵ ਪ੍ਰੋਗਰਾਮ 'ਚ ਤੁਹਾਡਾ ਹਾਰਦਿਕ ਸਵਾਗਤ ਹੈ ਆਪਣਾ ਨਾਮ ਦੱਸੋ ਤੇ ਗੱਲ ਰੱਖੋ ਹੈਲੋ ਜੀ ਡਿਸਕਨੈਕਟ ਹੋ ਗਿਆ ਜੀ और हरी सिंह नलुआ दी आपां गल करदे पए सी मल्लन साहब बिल्कुल सर अफगानिस्तान जिथे आपां कह लईए कि अमरीका सुपर पावर मन्या जांदा अज भी नहीं ओ लदेन नूं नहीं लभ सकिया सी उत्थे अफगानिस्तान दे अगे भी तां वी ते गोडे टेक दित्ते ना अमरीका ने पर ओ सूरमे देखियो हरी सिंह नलुआ दी आपां वड्डा जरनैल होण दी गल करदे आ कि लगातार हरी सिंह नलुए की अगवाई दे विच जिहड़ा सीगा वड्डा किला जिहड़ा सीगा अफगानिस्तान दा फतेह कीता सीगा इह ओ कौम ने ਜਿਹੜੀ ਅੱਜ ਵਾਕਿਆ ਜਿਹੜੇ ਜਿਹੜੀ ਕੌਮ ਦੇ ਨੌਜਵਾਨਾਂ ਨੂੰ ਇਹ ਕਿਹਾ ਗਿਆ ਕਿ ਇਹ ਨਸ਼ੇੜੀ ਨੇ ਉਸੇ ਨੌ ਉਸੇ ਕੌਮ ਦੇ ਨੌਜਵਾਨਾਂ ਨੇ ਦਿਖਾ ਦਿੱਤਾ ਕਿ ਬਾਈ ਜੀ ਨਸ਼ੇੜੀ ਨਹੀਂ ਹੈ ਜੇਕਰ ਤੁਸੀਂ ਇਹਨਾਂ ਦੇ ਨਾਲ ਪੰਗਾ ਲਓਗੇ ਤੇ ਉਹਦੀ ਅਸਲੀਅਤ ਜਿਹੜੀ ਹੈ ਅੱਜ ਤੁਸੀਂ ਦੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਕੈਨੇਡਾ ਦੇ ਅਸੀਂ ਸਲੂਟ ਕਰਦੇ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਿਨ੍ਹਾਂ ਦੇ ਵੱਲੋਂ ਹੁੰਗਾਰਾ ਕਿਸਾਨਾਂ ਦੇ ਪ੍ਰਤੀ ਦਿੱਤਾ ਗਿਆ ਹੈ ਔਰ ਬਹੁਤ ਹੋਰ ਵੀ ਵੱਖ ਵੱਖ ਜਗ੍ਹਾਵਾਂ ਤੋਂ ਜਿਹੜੀਆਂ ਨੇ ਇਹ ਜਿਹੜੇ ਹੁੰਗਾਰੇ ਮਿਲ ਰਹੇ ਨੇ ਕਿਸਾਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਜਿੱਦਾਂ ਵਕੀਲ ਸਾਹਿਬ ਨੇ ਕਿਹਾ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਮੈਂ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਸੁਨੀਲ ਮੱਲਨ ਜੀ ਜਿਹੜੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਵਕੀਲ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਕਿਸਾਨ ਹੋਊਗਾ ਜੇਕਰ ਉੱਤੇ ਪੀੜ ਪਵੇਗੀ ਕੋਈ ਵੀ ਕਾਨੂੰਨੀ ਚਾਲਬਾਜ਼ੀ 'ਚ ਫਸੇਗਾ ਤਾਂ ਇਹਨਾਂ ਦੇ ਵੱਲੋਂ ਫ੍ਰੀ ਜਿਹੜੇ ਕੇਸ ਨੇ ਉਹ ਲੜੇ ਜਾਣਗੇ ਔਰ ਵੱਡਾ ਜਿਹੜਾ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਜੀ ਮੱਲਨ ਸਾਹਿਬ ਈਵਨ ਭਾਜੀ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂਆਂ ਪੀਰਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਔਰ ਮੁਗਲਾਂ ਦੇ ਸਾਹਮਣੇ ਵੀ ਅੱਜ ਜੇ ਅਸੀਂ ਜਿੰਦਾ ਵਾਂ ਅੱਜ ਜੇ ਅਸੀਂ ਆਪਣੀ ਹੋਂਦ 'ਚ ਹਾਂ ਤੇ ਉਹਨਾਂ ਕਰਕੇ ਹਾਂ ਬੰਦੀ ਛੋੜ ਦੀ ਗੱਲ ਕਰ ਲਈਏ ਕਿਸੇ ਧਰਮ ਮਤਲਬ ਕਿਸੇ ਵੀ ਸਾਡੇ ਡਿਵਾਈਨ ਪ੍ਰੋਫਿਟ ਮੈਂ ਪਰਮਾਤਮਾ ਹੀ ਕਹੂੰਗਾ ਉਹਨਾਂ ਨੂੰ ਉਹ ਸਾਡੇ ਰੱਬ ਦੀ ਗੱਲ ਕਰ ਲਈਏ ਮੱਲਨ ਸਾਹਿਬ ਅੱਜ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆਂ ਦਾ ਲੰਗਰ ਲਾਇਆ ਬਿਲਕੁਲ ਜੀ ਅੱਜ ਅਰਬਾਂ ਰੁਪਏ ਦਾ ਲੰਗਰ ਹੈ ਜੀ ਤੁਸੀਂ ਦੇਖੋ ਕਿ ਇੱਕ ਘਰ ਦੇ ਵਿੱਚ ਜੇਕਰ ਕੋਈ ਪ੍ਰਾਹੁਣਾ ਆ ਜਾਏ ਨਾ ਤੇ ਸਾਹਮਣਾ ਔਖਾ ਹੋ ਜਾਂਦਾ ਅੱਜ ਉਹੋ ਹੀ 20 ਰੁਪਏ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਲੰਗਰ ਹੈ ਉਹ ਚੱਲਦਾ ਪਿਆ ਔਰ ਐਡੇ ਵੱਡੇ ਪੱਧਰ ਤੇ ਪਿੰਡੋ ਪਿੰਡੀ ਪਿੰਨੀਆਂ ਬਣ ਰਹੀਆਂ ਨੇ ਕਿਸਾਨ ਵੀਰਾਂ ਦੀ ਬਦਾਮਾਂ ਦੇ ਲੰਗਰ ਲੱਗ ਰਹੇ ਨੇ ਲੱਖਾਂ ਲੋਕੀ ਰੋਟੀ ਖਾਂਦੇ ਪਏ ਜੀ ਰੋਟੀ ਖਾ ਕੇ ਦੁੱਧ ਪੀ ਕੇ ਚਾਹ ਪੀ ਕੇ ਸੌਂਦੇ ਪਏ ਨੇ ਉੱਥੋਂ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਦੀ ਕਰਤੂਤ ਦੱਸ ਦਿੰਦਾ ਉਹਨਾਂ ਦੀ ਪਾਣੀ ਦੀ ਸਪਲਾਈ ਬੰਦ ਕਰਤੀ ਉਹਨਾਂ ਨੇ ਪਾਣੀ ਦੀ ਸਪਲਾਈ ਬੰਦ ਕੀਤੀ ਇਧਰੋਂ ਬੋਤਲਾਂ ਪਾਣੀ ਲੀਟਰ ਲੀਟਰ ਵਾਲੀਆਂ ਬੋਤਲਾਂ 20 ਲੀਟਰ ਵਾਲੀਆਂ ਬੋਤਲਾਂ ਟਰਾਲੀਆਂ ਭਰ ਕੇ ਫਿਰ ਪਹੁੰਚ ਗਈਆਂ ਕਹਿੰਦੇ ਕਰ ਲਓ ਸਾਡਾ ਕੀ ਕਰਨਾ ਜੇ ਔਰ ਇਹ ਬੜੀ ਜੋਸ਼ੀਲੀ ਕੌਮ ਹੈ ਭਾਜੀ ਬਹੁਤ ਜੋਸ਼ੀਲੀ ਕੌਮ ਹੈ ਇੱਕ ਵਾਰੀ ਸੋਚ ਲਏ ਜਿਹੜਾ ਕੰਮ ਕਰਨਾ ਫਤਿਹ ਕਰਕੇ ਆਊਗੀ ਨਹੀਂ ਤਾਂ ਸੱਚੀ ਕਹਿੰਦਾ ਯਾਰ ਲਾਸ਼ਾਂ ਵਾਪਸ ਆਣਗੀਆਂ ਸਾਡੇ ਸੂਰਮੇ ਇੰਨੇ ਤਾਕਤਵਰ ਨੇ ਉਹ ਹੱਠੀ ਨੇ ਔਰ ਸਹੀ ਗੱਲ ਕਰਕੇ ਹਟਣਗੇ ਖੋ ਕੇ ਆਉਣਗੇ ਇਹ ਗੱਲ ਯਾਦ ਰੱਖੇ ਸਾਰੀਆਂ ਸਰਕਾਰਾਂ ਮੱਲਨ ਸਾਹਿਬ ਬਿਲਕੁਲ ਦਿਸ਼ਾ ਜਿਹੜੀ ਹੈ ਦਿਖਦੀ ਵੀ ਪਈ ਹੈ ਅੱਜ ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਕਿਤਨਾ ਕਿਤੇ ਜਿਹੜਾ ਕਹਿੰਦੇ ਨੇ ਨਾ ਧੌਣ ਦੇ ਵਿੱਚ ਕਿੱਲਾ ਫਸਿਆ ਨਰਿੰਦਰ ਸਿੰਘ ਤੋਮਰ ਦੇ ਵੱਲੋਂ ਬਿਆਨ ਇਹ ਦਿੱਤਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀ ਕੇਂਦਰ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰ ਹੈ ਉਹਨਾਂ ਦੇ ਵੱਲੋਂ MSP ਲਿਖਤੀ ਰੂਪ ਦੇ ਵਿੱਚ ਦੇਣ ਦੇ ਲਈ ਤਿਆਰ ਹੋ ਗਈ ਹੈ ਕਿਸੇ ਪਾਸੇ ਤਾਂ ਜਦੋਂ ਆਪਾਂ ਪਿੱਛੇ ਚਲ ਜਾਈਏ 10-15 ਦਿਨ ਉਦੋਂ ਤਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਕਿਸਾਨਾਂ ਦੇ ਬੜੇ ਹੀ ਲਾਹੇਵੰਦ ਨੇ ਹੁਣ ਜਦੋਂ ਕੱਲ੍ਹ ਦੀ ਮੀਟਿੰਗ ਹੁੰਦੀ ਹੈ ਕੱਲ੍ਹ ਦੀ ਮੀਟਿੰਗ ਦੇ ਵਿੱਚ ਵੀ ਤੋਮਰ ਸਾਹਿਬ ਦਾ ਵੱਡਾ ਬਿਆਨ ਹੁੰਦਾ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਸ਼ੰਕਾਵਾਂ ਨੇ ਕਿਤੇ ਨਾ ਕਿਤੇ ਸਹੀ ਨੇ
मतलब एदा साफ है कि एडे वड्डे पद्धर ते जिहड़ा अंदोलन जा रहा है कितना कितने उन्होंने भी लगना शुरू हो चुका है क्योंकि नैशनल लैवल से इंटरनेशनल लैवल से जो दबाव है सरकार के उत्ते मोदी सरकार से बनना शुरू हो चुका है और उम्मीद है की जा रही है कि कल जी मीटिंग होएगी उस दे विच कोई वड्डा फैसला आने की उम्मीद है या फिर कल नहीं फैसला आता तो जिहड़ियां किसान जथेबंदियां दे वल्लों एक चीज साफ कर दी गई है अपने मलन साहब के जेकर सिर्फ उन्होंने वालों एक चीज है कि भाई जी कानूनों नूं रद्द करो जी चीज किसान जथेबंदियां करदे ने पईआं और वड्डी गल देखो जिहड़ी बीते कल मलन साहब मीटिंग हुई है उहदे विच पंजाब दे किसानां नूं जिहड़े जिहड़े लोग कहिंदे सी ना कि भाई खेतां दे विच मिट्टी दे नाल मिट्टी हुंदे ने मोढ़िआं दे उत्ते कई हुंदी है पुंज थले बैठ के ही है जिहड़ी आ आपणी रोटी खा लैंदे ने भाई जी उहदे नाल उहनां दे नाल बहस हुई है कानूनां नूं कानूनी तौर ते और पंजाब दे किसानां ने साबित कर दिता है भाई जी ये भी पढ़े लिखे ने पीएचडी कर करके अज खेती करदे पए ने बिल्कुल ना समझो कि अज पंजाब दा किसान जिहड़ा अनपढ़ है जी मतलब भाई किसे पासों भी अनपढ़ नहीं है जे ये बाकी इंडिया वांगू सुत्ता हुंदा ये किसान ते अज ये दिल्ली ना पहुंचा हुंदा अज ये जबर ते जुलम सह गया हुंदा जे मेरा किसान भरा विजिलेंट सी उन्होंने अज तो दो महीने पहला आवाज उठाती सी जी ये तो गलत है फिर शंभू बार्डर रोकया गया वारी वारी सुनिया भेजा गया जो अन्नी बोली गूंगी सरकार हो गई है तो या किसी एक बंदे का लालच नाल इको का इंट्रस्ट वेखती पई है तो डेफिनेटली ये चीजें सामने आनी है भाजी प्रॉब्लम कितने है जे इन्हों का यह वाला मॉडल बहुत वधिया सी तो बिहार भुखा क्यों मरता पाया बिहार का किसान अज ऑडिया मर्सडीज से आता ना मैं समझ लगती कि वाकई इन्हों का बिल बहुत वधिया इन्होंने तो छे कुछ नहीं है नवे कानून च वैसे मैं तुम्हें नॉलेज वास्ते दस दिना अंबानी तो अडानी भी समझा दिना जड़िया पिछलिया केस स्टडीज़ ने ऑन एग्रीकल्चर प्रोड्यूस के उत्ते खेत तो चल के मेरे घर पहुंचने तक 40% लॉस हों साडे फूड का फॉर एग्जाम्पल खेत चो वे जो मान लो कणक वी है तो कुछ दाने उठे डिग पे नवी टेक्नोलॉजी लियाओ इन इंप्लीमेंट करो फिर उन्होंने उतो भर के मंडी तक लिया वेखे ट्राली के पिछले दाना 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 डिगदा आना हों या गोभी लभी होंगी तो थलड़ी गोभी नप जाती है आलू दबे होंगे प्याज दब जाता थलड़ा गल जाता मंडी च जो जाने माड़ा जहा मीह पैदा तो सब्जियां का गारा बन जाता जे अंबानी अडानी थोड़ी जी अकल वर्तन इन्हों की भाषा दसदा लीन मैनेजमेंट नू इस्तेमाल करन 5S नू इस्तेमाल करन जिहड़े इंटरनेशनल मैनेजमेंट टूल्स ने जिहदे नाल प्रोफिटेबिलिटी कढ़ी जा सकती है वह 40% ही गल्लां बचा लैन ते तां वी अज दे रेट नाल उह सस्ता माल वेच सकदे ने और महंगा खरीद सकदे ने किसान का फायदा हो सकता है प्रॉब्लम कित्थे है ਇਹ ਤੇ ਚਾਹੁੰਦੇ ਪਏ ਨੇ ਕਿ ਜਮ੍ਹਾਂਖੋਰੀ ਨੂੰ ਵਧਾਵਾ ਦਿੱਤਾ ਜਾਵੇ ਕਿਸਾਨ ਕੋਲ 500 ਰੁਪਏ ਕਣਕ ਲਈ ਜਾਵੇ ਤੇ ਮੁੜ ਕੇ ਇਹਨੂੰ ਵੇਲਾ ਆਉਣ ਤੇ 5000 ਰੁਪਏ ਵੇਚੀ ਜਾਵੇ ਜੀ ਆਪਣਾ ਪ੍ਰੋਫਿਟ ਵਧਾਇਆ ਜਾਵੇ ਅੱਜ ਵੀ ਚੰਗੀ ਕੁਆਲਿਟੀ ਦੀਆਂ ਕਈ ਪ੍ਰੋਡਿਊਸ ਚੰਗੀ ਕੁਆਲਿਟੀ ਦੀਆਂ ਇੰਡੀਆ 'ਚ ਮਿਲਦੀਆਂ ਨਹੀਂ ਭਾਜੀ ਉਹ ਰਹਿਣ ਖੂੰਹਦ ਮਿਲਦੀ ਹੈ ਚੰਗੀਆਂ ਚੀਜ਼ਾਂ ਉੱਥੇ ਚਲ ਗਈਆਂ ਬਾਹਰ ਜਾ ਰਹੀਆਂ ਦਾਲਾਂ ਦੇ ਰੇਟ ਕਿੱਥੋਂ ਕਿੱਥੇ 10-15 ਰੁਪਏ 20 ਰੁਪਏ ਕਿਲੋ ਤੋਂ अज 200 रुपए किलो तो घट दाल कोई नहीं फिर एक नवा शोशा छड़ता ऑरगेनिक दालें कई कंपनियां जल ही पूरे ले जाती ऑरगेनिक दालें बिल्कुल मतलब साहब तुहाडी गल्ला बिल्कुल सही ने जदों जदों आपां हरी क्रांति की गल करते ना जदों जिहड़े पंजाब दे किसान नूं हरी क्रांति ल्याउण दे लई मजबूर किया गया उपज वधाउण दे लई मजबूर किया गया इन्हां सरकारां दे वल्लों लगातार दबाव बनाया गया कि भाई जी उपज करो उपज वधाओ क्योंकि हुण जिहड़ी कणक झोने की उपज तां वध गई वधी किद्दां कि इन्हां सरकारां दे वल्लों दबाव बनाया गया और खादां पदार्थ उस तों बाद आ जिहड़ियां स्प्रेयां पा पा के असीं जिहड़ी अपनी ही जमीन सीगी उस नूं बंजर कर लिया और अज दी हालत किसान दी इह हो गई किसान नूं मजबूरन उठना पिया मतलब अज मैं तुहानूं इक होर बड़ी अंदरली गल दसदा इस कानून दे मुताबक जिन्ने वड्डे घराने ने वो अपना बीज देंगे किसान नूं भी सपोज टमाटर होगा जी खीरा होगा या जो भी उगाना चाहेंगे जी भाजी अगले अज की डेट का किसान की करता है वो जिहड़ी भी कणक लाउंदा उहदे विचों कुछ हिस्सा सांभ लैंदा जी जे सब्जी लाउंदा तां सब्जी विचों कुछ पका लैंदा फल
ਉਹਦੇ ਬੀਜ ਕੱਢ ਲੈਂਦਾ ਤੇ ਉਹਦੇ ਵਿੱਚੋਂ ਅਗਲੀ ਵਾਰ ਦੇ ਬੀਜ ਵਰਤ ਕੇ ਤੇ ਉਹਦੇ ਵਿੱਚੋਂ ਫਸਲ ਉਗਾਉਂਦਾ ਜੀ। ਜਿਹੜਾ ਹਾਈਬ੍ਰਿਡ ਬੀਜ ਇਹ ਵੱਡੇ ਘਰਾਣਿਆਂ ਨੇ ਕਿਸਾਨ ਨੂੰ ਦੇਣਾ ਉਹਦੇ ਵਿੱਚੋਂ ਅਗਲੀ ਵਾਰ ਦਾ ਬੀਜ ਨਹੀਂ ਨਿਕਲਣਾ। ਇਹਦਾ ਮਤਲਬ ਗੁਲਾਮ ਕਿਸਾਨ ਬਣਨਾ ਸ਼ੁਰੂ ਹੋ ਜਾਏਗਾ। ਹੁਣ ਅਗਲੀ ਵਾਰ ਮੈਂ ਵੱਡਾ ਘਰਾਣਾ ਵਾ, ਤੁਸੀਂ ਕਿਸਾਨ ਜੇ, ਮੈਂ ਤੁਹਾਨੂੰ ਬੀਜ ਦਿੰਦਾ ਹੀ ਨਹੀਂ ਪਿਆ, ਜਾਂ ਬੀਜ ਜਿਹੜਾ ਦੇਵਾਂਗਾ ਤੇ ਆਪਣੀ ਮਰਜ਼ੀ ਦੇ ਰੇਟ ਤੇ ਦੇਵਾਂਗਾ ਵੀ ਹਾਂਜੀ ਹੁਣ ਤੇ ਤੂੰ ਫਸਿਆ ਹੋਊ, ਹੁਣ ਤੇ ਤੈਨੂੰ ਮੇਰੇ ਕੋਲੋਂ ਬੀਜ ਲੈਣਾ ਪੈਣਾ। ਆਉਣ ਵਾਲੇ 5-7 ਸਾਲਾਂ ਚ ਉਹ ਬੀਜ ਮਿਲਣਾ ਨੀ, ਮਨਮਾਨੀ ਦੇ ਰੇਟ ਮਿਲਣੇ, ਉਹਦੇ ਨਾਲ ਬਾਇਓਲੋਜੀ ਨੂੰ ਨੁਕਸਾਨ ਕੀ ਹੋਣਾ। ਮੈਂ ਕਿਸੇ ਵਧੀਆ ਸਾਇੰਟਿਸਟ ਨਾਲ ਬੈਠਿਆ ਸੀ, ਇਹ ਗੱਲਾਂ ਮੈਨੂੰ ਉਹਨਾਂ ਨੇ ਦੱਸੀਆਂ, ਕਹਿੰਦੇ ਸੁਨੀਲ ਜੀ ਇੱਕ ਗੱਲ ਯਾਦ ਰੱਖੋ, ਜਿਹੜਾ ਫਲ ਆਪਣਾ ਬੱਚਾ ਪੈਦਾ ਨਹੀਂ ਕਰ ਸਕੇਗਾ ਇਹਦਾ ਮਤਲਬ ਉਹ ਫਲ ਨਪੁੰਸਕ ਹੈ, ਤੇ ਜੇ ਉਹ ਫਲ ਜਿਹੜਾ ਇਨਸਾਨ ਜਾਂ ਜੀਵ ਖਾਏਗਾ ਉਹ ਵੀ ਨਪੁੰਸਕ ਹੋ ਜਾਏਗਾ, ਉਹ ਵੀ ਆਪਣਾ ਬੱਚਾ ਪੈਦਾ ਨਹੀਂ ਕਰ ਪਾਏਗਾ, ਤੇ ਸਾਡੀ ਜ਼ਿੰਦਗੀ ਕਿੱਧਰ ਲੈ ਕੇ ਚੱਲੇ ਨੇ ਲੋਕ। ਬਿਲਕੁਲ ਮਤਲਬ ਸਾਹਿਬ, ਜਦੋਂ ਹਰੀ ਕ੍ਰਾਂਤੀ ਦੀ ਜਿਵੇਂ ਮੈਂ ਗੱਲ ਕਰਦਾ ਪਿਆ ਸੀਗਾ, ਸਾਡੀਆਂ ਸਰਕਾਰਾਂ ਨੇ ਸਾਨੂੰ ਸਮੇਂ ਸਿਰ ਗਾਈਡੈਂਸ ਨਹੀਂ ਦਿੱਤੀ, ਜੇਕਰ ਉਦੋਂ ਉਪਜ ਵਧਾਉਣੀ ਸੀਗੀ, ਉਦੋਂ ਦੇਸ਼ ਦੇ ਲੋਕਾਂ ਦਾ ਢਿੱਡ ਭਰਨਾ ਸੀਗਾ, ਤੇ ਪੰਜਾਬ ਦੇ ਕਿਸਾਨ ਨੂੰ ਮਜਬੂਰ ਤਾਂ ਕਰ ਦਿੱਤਾ ਗਿਆ ਕਿ ਤੁਸੀਂ ਸਪਰੇਆਂ ਪਾਓ, ਖਾਦਾਂ ਪਾਓ, ਤਾਂ ਜੋ ਜਿਹੜੀ ਹੈ ਇਹਦੀ ਝੋਨੇ ਦੀ ਉਪਜ ਵਧੇ, ਆ ਜਿਹੜੀ ਕਣਕ ਦੀ ਉਪਜ ਵਧੇ, ਪਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਨੂੰ ਮਿਲਿਆ ਕੀ? ਪੰਜਾਬ ਦੇ ਸਿਰ ਬਿਮਾਰੀਆਂ ਪੈ ਗਈਆਂ, ਪੰਜਾਬ ਭਾਜੀ ਕੈਂਸਰ ਦਾ ਸਿਟੀ ਸਟੇਟ ਬਣ ਗਈ ਹੈ, ਸਾਡੇ ਇੱਥੇ ਪੰਜਾਬ ਦੇ ਵਿੱਚ ਸਾਨੂੰ ਹਸਪਤਾਲ ਲਾਉਣਾ ਪਿਆ, ਹੋਰ ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ ਪੈ ਗਈਆਂ। ਪੰਜਾਬ ਦੇ ਨੌਜਵਾਨ ਨੂੰ ਜਿਹੜਾ ਹੱਡਾਂ ਪੈਰਾਂ ਦਾ ਖੁੱਲਾ ਮੰਨਿਆ ਜਾਂਦਾ ਸੀਗਾ, ਜਿਹੜਾ ਮੰਨਿਆ ਜਾਂਦਾ ਸੀਗਾ ਕਿ ਭਾਈ ਜੀ ਜੇਕਰ ਪੰਜਾਬ ਦਾ ਨੌਜਵਾਨ ਵੱਖਰੇ ਤਰੀਕੇ ਦਾ ਹੁੰਦਾ ਸੀਗਾ, ਵੱਖਰਾ ਪਛਾਣਿਆ ਜਾਂਦਾ ਸੀ, ਜੇਕਰ ਦੂਸਰੇ 6 ਫੁੱਟ ਤੋਂ ਵਧੀਆ ਕੱਦ ਹੁੰਦਾ ਸੀ, ਅੱਜ ਅਸੀਂ 5-5 ਅੱਜ ਸਾਡੇ ਹਾਲਾਤ ਕੀ ਹੋ ਗਏ? ਅੱਜ ਸਾਡੀਆਂ ਜੇਕਰ ਉਮਰਾਂ ਦੀ ਗੱਲ ਕਰ ਲਈਏ ਜਾਂ ਸਾਡੇ ਖਾਣ ਪੀਣ ਦੀ ਗੱਲ ਕਰ ਲਈਏ ਤਾਂ ਅਸੀਂ ਕਿੱਧਰੋਂ ਜਾ ਰਹੇ ਹਾਂ? ਸਮੇਂ ਦੀਆਂ ਉਦੋਂ ਵੀ ਉਸ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਲਾਲਚ ਨੂੰ ਇਹ ਜ਼ਹਿਰ ਵੰਡਾਏ ਨੇ, ਬਿਲਕੁਲ ਦੂਰ ਦੀ ਸੋਚ ਕੇ। ਕਿ ਇੱਕ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਦੱਸਦਾ, ਮੈਂ WHO ਦੀ ਰਿਪੋਰਟ ਪੜ੍ਹ ਰਿਹਾ ਸੀ ਇੱਕ ਜੀ, ਸ਼ੂਗਰ ਦੀ ਲਿਮਿਟ, ਮੈਂ ਉਦਾਹਰਣ ਦੇ ਰਿਹਾ, ਸ਼ੂਗਰ ਦੀ ਲਿਮਿਟ ਕਿਸੇ ਜ਼ਮਾਨੇ 'ਚ ਮਿਨੀਮਮ 150 ਸੀ, ਅੱਜ ਘੱਟ ਕੇ 120 ਤੇ ਲਿਆਉਂਦੀ ਹੈ, ਫਾਸਟਿੰਗ 80 ਤੇ ਲਿਆਉਂਦੀ ਹੈ, ਔਰ ਉਹਨੂੰ 60 ਤੇ ਲਿਆਉਣ ਦੀ ਤਿਆਰੀ ਸੀ ਉਸ ਰਿਪੋਰਟ 'ਚ, ਕਿ ਜਿਹੜੀ ਸ਼ੂਗਰ ਮੰਨੀ ਜਾਏਗੀ ਕਿ ਤੁਹਾਨੂੰ ਸ਼ੂਗਰ ਹੈ ਉਹਦੀ ਲਿਮਿਟ ਮਿਨੀਮਮ 60 ਕਰ ਦਿਓ। ਉਸ 20 ਪੁਆਇੰਟ ਘਟਾਉਣ ਨਾਲ ਭਾਜੀ ਕਰੋੜਾਂ ਬੰਦੇ ਉਸ ਘੇਰੇ 'ਚ ਆ ਜਾਣਗੇ ਜਿਹਨਾਂ ਨੂੰ ਡਰ ਲੱਗ ਜਾਏਗਾ ਮੈਨੂੰ ਸ਼ੂਗਰ ਦੀ ਬਿਮਾਰੀ ਹੈ, ਔਰ ਉਹ ਗੋਲੀ ਖਾਣੀ ਸ਼ੁਰੂ ਕਰ ਦੇਣਗੇ, ਬਿਲਕੁਲ, ਔਰ ਉਹ ਗੋਲੀ ਵਿਕੇਗੀ ਕਿਸੇ ਨਾ ਕਿਸੇ ਵੱਡੇ ਘਰਾਣੇ ਨੂੰ ਫਾਇਦਾ ਪਾਉਣਾ, ਆਪਣੇ ਜਿਹੜੇ ਰੇਟ ਹੋਣਗੇ। ਮਤਲਬ ਸਾਹਿਬ ਹੁਣ ਆਪਾਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰ ਲਈਏ ਜੀ, ਕਿਉਂਕਿ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ, ਮੈਂ ਦੱਸਦਾ ਕਿ ਸੁਨੀਲ ਮੱਲਣ ਜੀ ਵੱਲੋਂ ਇਸ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਜਿਹੜਾ ਆਪਣਾ ਜਿਹੜਾ ਸਟੈਂਡ ਸਪਸ਼ਟ ਕਰ ਦਿੱਤਾ ਗਿਆ ਕਿ ਜਿੰਨੇ ਵੀ ਕਿਸਾਨ ਵੀਰ ਨੇ ਉਹਨਾਂ ਦੇ ਕੇਸ ਜਿਹੜੇ ਆ ਬਿਲਕੁਲ ਮੁਫਤ ਲੜੇ ਜਾਣਗੇ। ਮਤਲਬ ਸਭ ਕਿੱਦਾਂ ਜਿਹੜੀ ਹੈ ਤਿਆਰੀ ਕੀਤੀ ਗਈ ਹੈ, ਜੇਕਰ ਤੁਹਾਡੇ ਕੋਲ ਕਿਸਾਨ ਫੋਨ ਕਰੇਗਾ ਜਾਂ ਕੀ ਪ੍ਰਕਿਰਿਆ ਦੇ ਤਹਿਤ ਤੁਹਾਡੇ ਨਾਲ ਪਹੁੰਚ ਕਰ ਸਕਦਾ ਪੰਜਾਬ ਤੱਕ? ਵੀਰ ਜੀ ਫੋਨ ਨੰਬਰ ਮੇਰਾ ਅਵੇਲੇਬਲ ਹੈ, ਗੂਗਲ ਤੇ ਤੁਸੀਂ ਮੇਰਾ ਨਾਮ ਲਿਖੋ, ਮੈਂ ਤਾਂ ਅਵੇਲੇਬਲ ਹਾਂ ਜੀ, ਮੇਰੇ ਨਾਲ ਟੈਲੀਫੋਨ ਤੇ ਰਾਬਤਾ ਕਾਇਮ ਕਰੋ, ਉਸ ਤੋਂ ਬਾਅਦ ਵੀਡੀਓ ਕਾਲ ਦਾ ਸਾਡੇ ਕੋਲ ਪ੍ਰੋਸੀਜਰ ਹੈ, ਜੋ ਤੁਹਾਡੇ ਕੋਲ ਕੋਈ ਸੰਮਨ ਕੋਈ ਪਰਚਾ ਜਾਂ ਜੋ ਵੀ ਆਈਟਮ ਹੈ ਉਹ ਸਾਨੂੰ ਦਿਓ ਔਰ ਆਪਣੇ ਹਾਲਾਤ ਦੱਸੋ। ਮੇਰੀ ਟੀਮ ਹੈ ਪੂਰੀ 40-50 ਬੱਚਿਆਂ ਦੀ ਨਾਲ, ਉਹ ਲੋਕ ਤੁਹਾਡੇ ਨਾਲ ਇੰਟਰੈਕਟ ਕਰਨਗੇ, ਤੁਹਾਡੇ ਕੋਲ ਪੂਰਾ ਵੇਰਵਾ ਸੁਣਨ ਤੋਂ ਬਾਅਦ ਤੁਹਾਡੇ ਲਈ ਜੋ ਵੀ ਕਾਨੂੰਨੀ ਪ੍ਰਕਿਰਿਆ ਅਗਲੀ ਬਣਦੀ ਹੋਏਗੀ, ਰੀਪ੍ਰੈਜੈਂਟੇਸ਼ਨ ਦੇਣੀ ਹੈ, ਕੋਈ ਜ਼ਮਾਨਤ ਕਰਾਉਣੀ ਹੈ, ਕੋਈ ਖਾਰਜ ਕਰਾਉਣਾ ਹੈ, ਕੋਈ ਉਲਟ ਕੇਸ ਪਾਉਣਾ ਹੈ ਜਿਹੜਾ ਤੁਹਾਡੇ ਨਾਲ ਧੱਕਾ ਹੋਇਆ, ਉਹਨਾਂ ਚੀਜ਼ਾਂ ਨੂੰ ਰੀਪ੍ਰੈਜੈਂਟ ਕੀਤਾ ਜਾਏਗਾ ਬਿਫੋਰ ਦੀ ਐਪਰੋਪ੍ਰੀਏਟ ਅਥਾਰਿਟੀ, ਜਿਹੜੀ ਮੇਰੀ ਫੈਸਿਲਿਟੀ ਜਾਂ ਜਿੱਥੇ ਮੈਂ ਦੌੜ ਲਾ ਕੇ ਜਾ ਸਕਦਾ ਉੱਥੇ ਮੈਂ ਆਪ ਜਾਊਂਗਾ, ਨਹੀਂ ਤਾਂ ਮੈਂ ਆਪਣਾ ਕੋਈ ਦੋਸਤ ਮਿੱਤਰ ਤੁਹਾਨੂੰ ਲੱਭ ਕੇ ਦਊਂਗਾ ਕਿ ਫਲਾਣੇ ਬੰਦੇ ਕੋਲ ਉੱਥੇ ਚੱਲ ਜਾਓ, ਤੁਹਾਡੀ ਮਦਦ ਹੋ ਜਾਏਗੀ। ਜਿਹੜਾ ਕਾਨੂੰਨੀ ਲਿਖਤ ਪੜ੍ਹ ਦਾ ਕੰਮ ਹੈ ਉਹ ਮੇਰੇ ਆਫਿਸ ਵਿੱਚ ਪੂਰਾ ਤਿਆਰ ਕਰਕੇ ਪਹੁੰਚਾ ਦਿੱਤਾ ਜਾਏਗਾ, ਔਰ ਜੇ ਫਿਜ਼ੀਕਲ ਕੋਈ ਮਾਸ ਦੇ ਉੱਤੇ ਭੀੜ ਪੈਂਦੀ ਹੈ ਤੇ ਫਿਜ਼ੀਕਲੀ ਵੀ ਪਹੁੰਚਣਾ ਹੋਏਗਾ ਤੇ ਮਰਜ਼ੀ ਸਿਹਤ ਅਲਾਓ ਕਰ ਦੇਗੀ ਤੇ ਮੈਂ ਉੱਥੇ ਵੀ ਪਹੁੰਚ ਜਾਣਾ, ਮੇਰੇ ਤੇ ਥੋੜੀ ਸੱਟਾਂ ਲੱਗੀਆਂ ਸੀ ਇਸ ਕਰਕੇ ਮੈਂ ਜਾ ਨਹੀਂ ਸਕਿਆ ਦਿੱਲੀ ਬਾਰਡਰ ਤੇ, ਨਹੀਂ ਤਾਂ ਮੈਂ ਜ਼ਰੂਰ ਜਾਣਾ ਸੀ ਔਰ ਜਾ ਕੇ ਆਪਣੀ ਕੰਟਰੀਬਿਊਸ਼ਨ ਦੇਣੀ ਸੀ ਜੀ। ਹੁਣ ਵੀ ਮੈਂ ਆਪਣੀ ਵੱਡੀ ਕੰਟਰੀਬਿਊਸ਼ਨ ਹੈ ਕਿਉਂਕਿ ਕਾਨੂੰਨੀ ਪ੍ਰਕਿਰਿਆ ਨਾ ਇਹ ਬਹੁਤ ਜ਼ਰੂਰੀ ਹੈ। ਇੱਕ ਪਾਸੇ ਤਾਂ ਜਿਹੜੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਵੱਡੇ ਵੱਡੇ ਵਕੀਲ ਨੇ ਉਹਨਾਂ ਦੇ ਤਾਂ ਕੰਮ ਹੁੰਦਾ ਹੈ, ਬਹੁਤ ਸਾਰੇ ਆਪਾਂ ਕਿਸਾਨਾਂ ਦੇ ਝੂਠੇ ਪਰਚੇ ਜਿਹੜੇ ਆ ਹੁੰਦੇ ਹੋਏ ਦੇਖੇ ਨੇ, ਹਰਿਆਣਾ ਦੇ ਜਿਹੜੇ ਜਿਹੜੇ ਆਪਣੇ ਆਗੂ ਨੇ ਹਰਿਆਣਾ ਦੇ ਕਿਸਾਨ ਜਥੇਬੰਦੀ ਦੇ, ਉਹਨਾਂ ਨਾਲ ਮੇਰੇ ਨਾਲ ਗੱਲਬਾਤ ਹੋਈ ਹੈ, ਉਹ ਕਹਿੰਦੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ 10-12 ਪਰਚੇ ਤਾਂ ਉਹਨਾਂ ਦੇ 15 ਦਿਨਾਂ ਦੇ ਵਿੱਚ ਹੀ ਕਰ ਦਿੱਤੇ ਗਏ ਆ,
ਬਹੁਤ ਸਾਰੀਆਂ ਪ੍ਰਕਿਰਿਆ ਤਹਿਤ ਵਕੀਲ ਦੀ ਲੋੜ ਜ਼ਰੂਰ ਪੈਂਦੀ ਹੈ। ਤੁਹਾਡੀ ਵੱਡੀ ਜਿਹੜੀ ਸੁਵਿਧਾ ਹੈ, ਭਾਵੇਂ ਤੁਸੀਂ ਦਿੱਲੀ ਨਹੀਂ ਜਾ ਪਏ ਪਰ ਵੱਡਾ ਐਲਾਨ ਹੈ। ਔਰ ਉਮੀਦ ਇਹੀ ਕਰਦੇ ਹਾਂ ਕਿ ਪੰਜਾਬ ਦੇ ਕਿਸਾਨ ਜੇਕਰ ਸਾਡੀ ਇਸ ਆਵਾਜ਼ ਨੂੰ ਸੁਣਗੇ ਤਾਂ ਜ਼ਰੂਰ ਜਿਹੜਾ ਸੁਨੀਲ ਮੱਲ ਜੀ ਨਾਲ ਰਾਬਤਾ ਕਾਇਮ ਕਰ ਸਕਦੇ ਨੇ, ਬਿਲਕੁਲ ਮੁਫ਼ਤ ਉਹਨਾਂ ਨੂੰ ਜਿਹੜੀ ਹੈ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਜਿਹੜੀ ਕਰਵਾਈ ਜਾਏਗੀ। ਮੱਲ ਸਾਹਿਬ ਕਿਸਾਨਾਂ ਦੀ ਗੱਲ ਕਰਦੇ ਮੈਂ ਹੋਰ ਇੱਕ ਬੇਨਤੀ ਕਰਦਾ ਵੀ ਜੇ ਤੁਹਾਨੂੰ ਕੋਈ ਸਲਾਹ ਲੈਣੀ ਹੈ, ਮੰਨ ਲਓ ਤੁਹਾਡੇ ਦੇ ਉਸ ਵੇਲੇ ਕੋਈ ਗੱਲਬਾਤ ਚੱਲ ਰਹੀ ਹੈ, ਕਿਸੇ ਵੇਲੇ ਕਿਸੇ ਕਿਸਮ ਦੀ ਕਾਨੂੰਨ ਦੇ ਰਿਲੇਟਿਡ ਜਾਂ ਕਿਸੇ ਵੇਲੇ ਤੁਹਾਡੇ ਦਿਮਾਗ ਉਸਦਾ ਗੱਲ ਨਾ ਫੁਰੇ ਤੇ ਤੁਸੀਂ ਫੋਨ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ। ਤੁਹਾਨੂੰ ਜਿੱਥੇ ਤੱਕ ਵੀ ਵੱਧ ਤੋਂ ਵੱਧ ਮਦਦ ਹੋਏਗੀ, ਕੋਈ ਡਾਕੂਮੈਂਟ ਕੱਢਣਾ, ਕੋਈ ਚਿੱਠੀ ਬਣਾਉਣੀ ਹੈ, ਕੋਈ ਕੁਛ ਕਰਨਾ, ਤੁਹਾਡੇ ਲਈ ਬਣਾ ਕੇ ਤੁਹਾਨੂੰ ਵਟਸਐਪ ਤੇ ਮੇਲ ਤੇ ਜੋ ਚਾਹੀਦਾ ਮਿਲੇਗਾ ਜੀ। ਤੁਸੀਂ ਉੱਥੇ ਪ੍ਰਿੰਟ ਕੱਢੋ, ਜਿੱਥੇ ਅੱਗੇ ਵੰਡਰਾਂ ਵੰਡ ਦਿਓ। ਜੇ ਤੁਸੀਂ ਚਾਹੁੰਦੇ ਹੋ ਸਾਨੂੰ ਅਸੀਂ ਭੇਜਣਾ, ਅਸੀਂ ਇੱਥੋਂ ਰਜਿਸਟਰੀਆਂ ਕਰਾ ਦਾਂਗੇ, ਕੋਈ ਦਿੱਕਤ ਨਹੀਂ। ਤੁਹਾਨੂੰ ਸਮਝੋ ਕਿ ਬਾਬਾ ਜੀ ਦਾ ਲੰਗਰ ਇਹ ਵੀ ਹੈ ਸਾਡੇ ਵੱਲੋਂ, ਕੋਈ ਚਾਰ ਚਿੱਠੀਆਂ ਪਾਉਣੀਆਂ, ਕਿਤੇ ਮੇਲਾਂ ਕਰਨੀਆਂ, ਮੇਰਾ ਪੂਰਾ ਆਫਿਸ ਤੁਹਾਡੀ ਪੂਰੀ ਮਦਦ ਲਈ ਰੈਡੀ ਹੈ ਜੀ, ਕੋਈ ਦਿੱਕਤ ਨਹੀਂ। ਬਿਲਕੁਲ ਜੀ, ਜਿੱਦਾਂ ਬਾਕੀ ਪੰਜਾਬੀਆਂ ਦੀ ਆਵਾਮ ਹੈ, ਮੈਂ ਇਹਨਾਂ ਦੀ ਭਾਵਨਾਵਾਂ ਤੋਂ ਸਮਝ ਗਿਆ ਕਿ ਪੰਜਾਬ ਦਾ ਕਿਸਾਨ ਜਿਹੜਾ ਹੈ ਅੱਜ ਇਹ ਅੰਦੋਲਨ ਇਤਿਹਾਸਿਕ ਹੈ। ਬਸ ਇਹਨਾਂ ਦੇ ਵੱਲੋਂ ਵੀ ਆਵਾਜ਼ ਇਹੀ ਹੈ ਕਿ ਜੰਗ ਜਿਹੜੀ ਜਾਰੀ ਕੀਤੀ ਹੈ ਉਹਨੂੰ ਜਿੱਤ ਕੇ ਘਰਾਂ ਨੂੰ ਪਰਤਣਾ। ਇੱਦਾਂ ਹੀ ਮੱਲ ਸਾਹਿਬ ਜੀ, ਬਿਲਕੁਲ ਜੀ, ਬਿਲਕੁਲ, ਖਾਲੀ ਹੱਥ ਨਹੀਂ ਮੁੜਨਾ। ਸਾਪਾ ਦੇ ਉਹ ਫੌਜ ਦਾ ਇੱਕ ਨਿਯਮ ਹੈ, ਕਦਮ ਜੇ ਅੱਗੇ ਜਿੱਧਰ ਨੂੰ ਅੱਗੇ ਵਧਾ ਲਿਆ ਫਿਰ ਪਿੱਛੇ ਨਹੀਂ ਆਉਣਾ। ਪਿੱਛੇ ਆਉਣ ਵਾਲਾ ਕਾਇਰ ਹੈ, ਦੇਸ਼ ਦਰੋਹ ਹੈ। ਦੇਸ਼ ਦਰੋਹੀ ਨਹੀਂ ਬਣਨਾ, ਕਾਇਰ ਨਹੀਂ ਬਣਨਾ, ਤੇ ਸਾਡੇ ਪੰਜਾਬੀਅਤ ਤੇ ਸਾਡੀ ਸਿੱਖੀ ਤੇ ਸਾਡੀ ਹੋਂਦ ਤੇ ਕੋਈ ਉਂਗਲ ਨਾ ਮਾਈ ਦਾ ਲਾਲ ਚੁੱਕ ਸਕੇ। ਜਾਂ ਸ਼ਹੀਦ ਹੋ ਗਿਆ ਹੋ ਤੇ ਜਾਂ ਤੁਹਾਨੂੰ ਦੋਨੋਂ ਤਰੀਕੇ ਨਾਲ ਸਿਹਰੇ ਪਾ ਕੇ ਲਿਆਵਾਂਗੇ। ਇਹ ਗੱਲ ਯਾਦ ਰੱਖਿਓ ਤੇ ਕਾਇਮ ਰੱਖਾਂਗੇ ਤੁਹਾਡੀ ਸਭ ਦੀ ਸਰਦਾਰੀ ਜੀ। ਬਾਕੀ ਮੱਲਨ ਸਾਹਿਬ, ਆਪਾਂ ਖੇਤੀ ਕਾਨੂੰਨਾਂ ਦੀ ਜਿੱਦਾਂ ਆਪਾਂ ਗੱਲ ਕੀਤੀ ਕਿ ਹੁਣ ਜਿਹੜੀ ਜਿਹੜੇ ਕੇਂਦਰ ਦੀ ਸਰਕਾਰ ਹੈ ਉਹ ਝੁਕਾ ਥੋੜਾ ਜਿਹਾ ਨਜ਼ਰ ਆਇਆ ਜੀ, ਲੱਗਦਾ ਹੈ ਕਿ ਹੁਣ ਐਡਾ ਵੱਡਾ ਅੰਦੋਲਨ ਸੀਗਾ ਇਹਨਾਂ ਨੂੰ ਕਾਨੂੰਨ ਰੱਦ ਕਰਨੇ ਹੀ ਪੈਣਗੇ ਸਰ, ਲੰਮੇ ਪੈਣਗੇ। ਜਾਂ ਬਗਾਵਤ ਹੋਏਗੀ ਤੇ ਫਿਰ ਐਮਰਜੈਂਸੀ ਲੱਗੇਗੀ। ਅੱਛਾ ਜੀ, ਦੋ ਹੀ ਕੰਮ ਹੋਣਗੇ, ਤੀਜਾ ਕੁਛ ਨਹੀਂ ਹੋਣਾ। ਲੱਗਦਾ ਕਿ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਸਕਦੇ? ਬਿਲਕੁਲ ਹੋ ਸਕਦੇ ਜੀ, ਜਿੱਦਾਂ ਆਲ ਇੰਡੀਆ ਨੇ ਹੰਗਾਰਾ ਭਰ ਦਿੱਤਾ ਤੇ ਤਖਤਾ ਪਲਟ ਦੇ 2 ਮਿੰਟ ਦਾ ਕੰਮ ਹੈ ਜੀ, ਤੇ ਐਮਰਜੈਂਸੀ ਵੀ ਲੱਗ ਸਕਦੀ ਹੈ, ਕਿਹੜੀ ਵੱਡੀ ਗੱਲ ਹੈ। ਗਵਰਨਰ ਜਾਂ ਆਪਣੇ ਰਾਸ਼ਟਰਪਤੀ ਆਪਣੇ ਹੱਥ ਕਾਨੂੰਨ ਲੈ ਸਕਦੇ, ਉਹਨਾਂ ਕੋਲ ਪਾਵਰ ਹੈ, ਈਵਨ ਮਾਨਯੋਗ ਸੁਪਰੀਮ ਕੋਰਟ ਕੋਲ ਪਾਵਰ ਹੈ। ਜਦੋਂ ਇਹੋ ਜਿਹੀ ਕੋਈ ਐਜੀਟੇਸ਼ਨ ਹੋਵੇ, ਮਾਸ ਲੈਵਲ ਤੇ ਨੁਕਸਾਨ ਹੋ ਰਿਹਾ ਹੋਵੇ, ਕੋਈ ਐਸਾ ਗਲਤ ਕਾਨੂੰਨ ਪਾਸ ਹੋ ਜਾਏ, ਮਾਨਯੋਗ ਸੁਪਰੀਮ ਕੋਰਟ ਉਹਦੇ ਤੇ ਆਰਡਰ ਪਾਸ ਕਰਕੇ ਉਹਨੂੰ ਬੰਦ ਕਰ ਸਕਦੀ ਹੈ, ਰੱਦ ਕਰ ਸਕਦੀ ਹੈ। ਚਲੋ, ਐਮਰਜੈਂਸੀ ਦੀ ਤਾਂ ਕਿਧਰੇ ਰਹਿ ਗਈ ਮੱਲਨ ਸਾਹਿਬ ਗੱਲ, ਇੱਕ ਸਾਈਡ ਰਹਿ ਗਈ। ਜਿੱਦਾਂ ਹੁਣ ਆਪਾਂ ਗੱਲ ਕਰਦੇ ਸੀਗੇ ਕਿ ਪਹਿਲਾਂ ਤੇ ਜਦੋਂ ਪੰਜਾਬ ਦੇ ਵਿੱਚ ਕਿਸਾਨ ਬੈਠੇ ਰਹੇ ਤੇ ਇਹ ਜਿਹੜੇ ਕੇਂਦਰ ਦੇ ਮੰਤਰੀ ਸੀਗੇ ਇਹ ਤੇ ਕਹਿੰਦੇ ਸੀ ਕਿ ਬਾਈ ਜੀ ਸਹੀ ਨੇ, ਕਾਨੂੰਨ ਬਿਲਕੁਲ ਸਹੀ ਨੇ, ਪਰ ਹੁਣ ਜਿਹੜਾ ਹੈ ਕਿਤੇ ਨਾ ਕਿਤੇ ਇਹਨਾਂ ਨੂੰ ਸਮਝ ਪੈ ਗਿਆ ਕਿ ਨਹੀਂ ਬਾਈ, ਹੁਣ ਤਾਂ ਪੰਜਾਬ ਦਾ ਕਿਸਾਨ ਉੱਠ ਚਾਹੇ ਤਾਂ ਹੀ ਇਹ ਝੁਕਾ ਨਜ਼ਰ ਹੈ। ਭਾਜੀ, ਮੈਂ ਤੁਹਾਨੂੰ ਦੱਸਦਾ, ਕਿਸਾਨ ਜਿਹੜਾ ਪੰਜਾਬੀ ਕਿਸਾਨ ਹੈ ਨਾ, ਵਿਚਾਰੇ ਨੇ ਬੜੇ ਤਸੱਦਦ ਸੇ ਨੇ। 70 ਕਮੋਡਿਟੀ ਹੁੰਦੀਆਂ ਸੀ ਜਿਹੜੀਆਂ MSP ਦੇ ਘੇਰੇ ਚ ਸੀ ਜੀ, ਉਹ 22-23 ਤਿੰਨ, ਅੱਛਾ ਨਹੀਂ ਕਾਨੂੰਨੀ ਤੌਰ ਤੇ ਤਾਂ 22 ਹੈ, ਅਬਰ ਵੈਸੇ ਤਿੰਨ ਰਹਿ ਗਈਆਂ ਜੀ, ਜਿਹੜੀ ਜਿਨ੍ਹਾਂ ਦੇ MSP ਮਿਲਦਾ ਹੈ ਕਿਸਾਨ ਨੂੰ ਉਹ ਤਾਂ 2-3 2-3 ਰਹਿ ਗਈਆਂ। ਚੌਲ ਕਿਸਾਨ ਨੂੰ ਉਗਾਉਣ ਦੀ ਕੀਮਤ 20 ਰੁਪਏ ਕੁਛ ਪੈਸੇ ਪੈਂਦੀ ਹੈ, ਮੈਂ ਪਿਛਲੇ ਪ੍ਰੋਗਰਾਮ 'ਚ ਕੈਲਕੂਲੇਟ ਕਰਕੇ ਦੱਸਿਆ ਸੀ, ਖਾਦਾਂ ਪਾ ਕੇ ਸਭ ਕੁਝ ਪਾ ਕੇ ਉਗਾਉਣ ਦੀ ਕੀਮਤ, ਤੇ ਕਿਸਾਨ ਕੋਲ ਲਿਆ ਕਿੰਨੇ ਦਾ ਜਾਂਦਾ ਹੈ? 15 ਰੁਪਏ 'ਚ, ਹੱਦ 17 ਰੁਪਏ 'ਚ, ਤੇ ਮੁੜ ਕੇ ਉਹਨੂੰ ਵੱਡੇ ਘਰਾਣੇ ਵਧੀਆ ਵਧੀਆ ਪੈਕਟਾਂ 'ਚ 200 ਰੁਪਏ ਕਿਲੋ ਵੇਚਦੇ ਪਏ ਨੇ, ਵੱਡੇ ਵੱਡੇ ਪ੍ਰੋਜੈਕਟ ਲਗਾ ਕੇ, ਵੱਡੇ ਪ੍ਰੋਜੈਕਟ ਲਗਾ ਕੇ, ਔਰ ਉਹਦੇ ਤੇ ਸਬਸਿਡੀਆਂ ਖਾ ਕੇ। ਭਾਜੀ, ਇਕੱਲੇ ਪ੍ਰੋਜੈਕਟ ਜੇਬ 'ਚੋਂ ਨਹੀਂ ਲੱਗੇ, ਜੇ ਸੌਟੈਕਸ ਮਸ਼ੀਨ 1 ਕਰੋੜ ਰੁਪਏ ਦੀ ਹੈ ਤੇ CLCSS ਵਿੱਚ ਸਬਸਿਡੀ ਖਾਧੀ ਹੈ ਮੋਰ ਦੈਨ 50%, ਫਿਰ ਉਹਨੂੰ ਸਮਾਲ ਸਕੇਲ ਯੂਨਿਟ ਡਿਕਲੇਅਰ ਕਰਾਇਆ, ਫਿਰ ਉਹਦੇ ਤੇ ਟਰਾਂਸਪੋਰਟੇਸ਼ਨ ਸਬਸਿਡੀਆਂ ਖਾਧੀਆਂ। ਮੈਨੂੰ ਇੱਕ ਗੱਲ ਦੱਸੋ, ਕਾਰਨ ਤਾਂ ਮੱਲਨ ਸਾਹਿਬ ਕਾਰਨ ਤਾਂ ਇਹੀ ਰਹੇ ਨਾ, ਜਿਹੜਾ ਕਿਸਾਨ ਹੈ ਹੇਠਲੇ ਪੱਧਰ ਨੂੰ ਜਾਂਦਾ ਪਿਆ, ਜਿਹੜਾ ਉਦਯੋਗਪਤੀ ਹੈ ਉਹ ਵੱਧਦਾ ਗਿਆ ਵੱਧਦਾ ਗਿਆ। ਇਹ ਸਰਕਾਰ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਹੱਲਾਸ਼ੇਰੇ ਸੀਗੇ, ਇੱਕ ਗਲਤ ਨੀਤੀਆਂ, ਹਾਂ ਗਲਤ ਨੀਤੀਆਂ ਹੱਥ ਪਰੋਸਦਾ ਜਿਹੜਾ ਸੀਗਾ ਉਦਯੋਗਪਤੀ ਦੇ ਉੱਤੇ ਸੀਗਾ, ਤਾਂ ਹੀ ਅੱਜ ਪੰਜਾਬ ਦੇ ਕਿਸਾਨ ਦੀ ਆਹ ਦੁਰਦਸ਼ਾ ਹੋਈ ਹੈ। ਭਾਜੀ, ਸੁਣਨ 'ਚ ਵੀ ਆਇਆ ਨਾ ਵੀ ਐਤਕੀ ਅੰਬਾਨੀ ਨੇ ਤੇ ਅਡਾਨੀ ਨੇ ਪਤਾ ਨਹੀਂ ਰੱਬ ਜਾਂਦਾ ਸੱਚ 66,000 ਕਰੋੜ ਰੁਪਇਆ ਬਿਹਾਰ ਦੀ ਇਲੈਕਸ਼ਨ ਤੇ ਖਰਚਿਆ, ਇਹ ਵੀ ਮੀਡੀਆ 'ਚ ਸੁਣਿਆ ਸੀ। ਹੁਣ ਰੱਬ ਜਾਣਦਾ ਸੱਚ ਹੈ ਝੂਠ ਹੈ, ਕੀ ਹੈ ਕੀ ਨਹੀਂ, ਬਟ ਇੱਕ ਪਾਸੇ ਤੇ ਕੁਛ ਨਾ ਕੁਛ ਭਾਜੀ ਲੱਗਦਾ, ਕਿਉਂਕਿ ਇੰਨਾ ਜ਼ਿਆਦਾ ਐਡਾਮੈਂਸੀ। ਪਹਿਲੀ ਗੱਲ ਤੇ ਜੂਨ ਦੇ ਮਹੀਨੇ 'ਚ ਇੰਨੀ ਕਿਹੜੀ ਗੋਲੀ ਚੱਲੀ ਸੀ ਕੋਰੋਨਾ ਦੇ ਦੌਰਾਨ, ਕਿ ਇਹੋ ਜਿਹੇ ਕਾਨੂੰਨ, ਇਹੋ ਜਿਹੇ ਕਾਨੂੰਨ ਐਮਰਜੈਂਸੀ 'ਚ ਉਦੋਂ ਲਿਆ ਜਾਂਦੇ ਆ ਜਦੋਂ ਦੇਸ਼ ਦੀ ਨਾਗਰਿਕਤਾ ਨੂੰ, ਦੇਸ਼ ਦੇ ਨੂੰ ਕਿਸੇ ਪਾਸੋਂ ਕੋਈ ਖਤਰਾ ਹੋਵੇ। ਬਿਲਕੁਲ, ਕੋਈ ਖਤਰਾ ਨਹੀਂ, ਘਰ ਬੈਠਿਆਂ ਕਾਨੂੰਨ ਆ ਗਿਆ, ਆਉਣ ਤੋਂ ਬਾਅਦ
जून तो वार्मिंग चल रही है, दो महीने बाद प्रोटेस्ट शुरू होंगे छोटे लेवल से, जवाब दे अज मिठिया मिठिया लोपे पोते गल करते हैं कि केजरीवाल ने ऐसे कर दिया, वह कहते जी कैप्टन ने ऐसे कर दिया, वह कहता उन्हें ऐसे कर दिया, जो सा भैन जी अपने हरसिमरनजीत कौर जी साइन करके आते हैं उदो आके क्यों नहीं दसते लोगों कि एक कानून यह मेरे को साइन करा लिया पास हो गया, क्यों जे पार्लियामेंट ने पास भी करता सी फिर भी 40 दिन का टाइम से ऑब्जेक्शन देने का, क्यों नहीं रोकया गया उसने रोक लगती जो चार सवाल पूछे ने बिहार के मॉडल गल करो सब कुछ लागू किया ऑलरेडी किसान कितने पहुंचे किन्ने कई तरक्की की किहड़ा किसान का रोल मॉडल साडे अगे रख सकते हो दसो है ही नहीं सी जवाब जी ये सब तुसी कहते बन के खीर ना 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 गलत है अखा ते काली पट्टी कन्ना च तुके नासा च रबड़ मूह च छिकू पा के फिर बन के खवांदे पेने कि ना कुछ वेखो ना कुछ सुनो ना बोलो ते ना सुनो ਤੁਹਾਨੂੰ ਅਧਿਕਾਰ ਹੀ ਕੋਈ ਨੀ ਹੈ ਜੋ ਕਹਿ ਇਹ ਤਾਂ ਵਾਰੀ ਗੁੰਡਾ ਕਰਦੀ ਹੈ ਜਾਰੀ ਰਹਿਣਗੀਆਂ ਕਾਲਰ ਜੁੜੇ ਨੇ ਕੋਈ ਕਾਲ ਅਟੈਂਡ ਕਰ ਲੈਂਦੇ ਸਤਿ ਸ੍ਰੀ ਅਕਾਲ ਜੀ ਲਾਈਵ ਪ੍ਰੋਗਰਾਮ ਚ ਤੁਹਾਡਾ ਹਾਰਦਿਕ ਸਵਾਗਤ ਹੈ ਆਪਣਾ ਨਾਮ ਦੱਸੋ ਤੇ ਗੱਲ ਰੱਖੋ ਨਾਮ ਮੇਰਾ ਸਰਮੇਸ਼ ਸਿੰਘ ਸਾਹੀ ਹੈ ਜੀ ਸਰ ਸਵਾਗਤ ਹੈ ਜੀ ਸਵਾਗਤ ਹੈ ਸਰ ਬੋਲੋ ਵੀਰ ਜੀ ਹੈਲੋ ਹਾਂਜੀ ਮੈਂ ਮਨਨ ਸਾਹਿਬ ਗੱਲ ਕਰ ਰਹੇ ਨੇ ਮੈਂ गोदाम भरे ने कणक दे चौल दे सैकटरी पुछो अफगानिस्तान इराक ईरान इन्होंने कनेडा या अमेरिका आस्ट्रेलिया तो कण मंगा लेनी कहो बिलकुल सर गल तुहाडी बिलकुल सही है क्योंकि कारण दस्सा कि सियासतदान जिहड़े माड़े निकले हुण आपां गवांडी जिहड़ा देश आ साडा पाकिस्तान दी गल कर लईए तां रोड दे रस्ते ही आपां यूरोप तक सप्लाई कर सकदे आ कामियां तां इही रही है ना वीर जी पाकिस्तान विच 120 किलो खंड मिलण लगी आ जी 110 नूं आटा मिलण दिया वा ते इहनां ने खंड दीआं जिहड़ी पाकिस्तान ने खांडे ने मिलां ने उत्थे स्टॉक करके रखी खंड एक्सपोर्ट नहीं कर रहे बाकी खुशी की गल है की अज पंजाब जागृति आई है जागृति आई है बिलकुल जेकर इस तरीके की जागृति रही तो दिन दूर नहीं है जो सारिया चीजा सही हो जाएगी और पंजाब का किसान दोबारा तो खुशहाल होगा शुक्रिया सर गलबात करने लई किसाना ने पैदा की पैदा करके दे गोदामां च देती एफसीआई जी 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 एफसीआई वाले जिहड़े ने धरना मार के बैठे आ जिहड़ा गोदाम भरे ने बैक फायर कर रहे ने किसाना ते जी सर एफसीआई वाले जिहड़े ने देना पीयूष गोयल नूं वी कर रहे ने एक्सपोर्ट कर रहे ने काला मिनिस्टर नूं जी बिलकुल सर बिलकुल पतंजलि
ਇੱਥੇ ਮਿਲਣ ਲੱਗ ਸਕਦੀਆਂ ਅੱਡ ਅੱਡੇ ਗੋਦਾਮ ਨੇ, ਇੱਕ ਗੋਦਾਮ ਦੇ ਵਿੱਚ ਲੱਗ ਜਾਵੇ ਫਲੋਰ ਮਿਲ ਲੱਗ ਜਾਵੇ, ਉੱਥੋਂ ਹੀ ਆਟਾ ਪੀਹ ਕੇ ਭੇਜੋ। ਪੰਜਾਬ ਦੇ ਵਿੱਚ ਹੀ ਨੀ ਆਟਾ ਮਿਲਦਾ, ਆਟਾ ਬਾਹਰੋਂ ਆਣ ਕੇ ਵੇਖਦਾ। ਜੀ ਬਿਲਕੁਲ ਸਰ, ਬਿਲਕੁਲ ਸਰ, ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਤੇ ਵਿਚਾਰ ਚਰਚਾ ਕਰਦੇ, ਤੁਸੀਂ ਬੜੇ ਰਹੋ ਸਾਹਿਬ ਸਾਡੇ ਨਾਲ, ਧੰਨਵਾਦ ਸਰ। ਪੀਯੂਸ਼ ਗੋਇਲ ਨੂੰ ਪੁੱਛੋ ਕਿ ਕਾਹਦਾ ਮਿਨਿਸਟਰ ਤੂੰ। ਜੀ ਸਰ, ਕਿੰਨੀਆਂ ਤਨਖਾਹਾਂ ਲੈਂਦੇ ਨੇ ਜੀ, ਉਹਨਾਂ ਨੂੰ ਪੁੱਛੋ ਵਟ ਯੂ ਗਿਵ ਟੂ ਦਾ ਇੰਡੀਆ। ਬਿਲਕੁਲ ਸਰ, ਬਿਲਕੁਲ, ਸ਼ੁਕਰੀਆ ਸਰ ਗੱਲਬਾਤ ਕਰਨ ਲਈ। ਜੀ ਮਲਨ ਸਾਹਿਬ, ਗੱਲਾਂ ਤਾਂ ਸਾਰੀਆਂ ਇਹਨਾਂ ਨੇ ਪਤੇ ਦੀਆਂ ਕੀਤੀਆਂ ਨੇ, ਔਰ ਵੱਡੀ ਗੱਲ ਇਹਨਾਂ ਨੇ ਇਹ ਕੀਤੀ ਹੈ ਕਿ ਬਾਹਰ ਕਣਕ ਜਿਹੜੀ ਹੈ ਜਾ ਕੇ ਬਾਹਰਲੇ ਸੂਬਿਆਂ 'ਚ ਜਦੋਂ ਜਾਂਦੀ ਹੈ ਤਾਂ ਉੱਥੋਂ ਆਟਾ ਪੀਸ ਕੇ ਆਉਂਦਾ ਹੈ, ਪੰਜਾਬ ਦੇ ਵਿੱਚ ਇੰਡਸਟਰੀ ਕਿਉਂ ਨਹੀਂ ਲੱਗ ਸਕਦੀ? ਵੱਡੇ ਸਵਾਲ ਨੇ ਵੀ। ਨਹੀਂ ਭਾਜੀ, ਇਹਦੇ ਵਿੱਚ ਮੈਂ ਤੁਹਾਨੂੰ ਹੋਰ ਇੱਕ ਹੋਰ ਭਾਜੀ ਨੇ ਜੋ ਗੱਲ ਕਹੀ ਮੇਰੇ ਦਿਮਾਗ 'ਚ ਗੱਲ ਯਾਦ ਕਰਾਤੀ, ਜਿਹੜਾ ਕਿਸਾਨੀ ਬਿੱਲ ਆਇਆ ਸੀ ਨਾ ਭਾਜੀ, ਇਹਦੇ ਵਿੱਚ ਆਉਂਦਾ ਕਿਸਾਨ ਨੂੰ ਫ੍ਰੀ ਛੂਟ ਦਿੰਦੇ। ਅੱਜ ਲੰਡਨ ਦੀ ਜੇ ਮੈਂ ਗੱਲ ਕਰਾਂ, ਯਾਨੀ ਕਿ ਯੂਕੇ ਦੀ, ਯੂਰਪ ਦੀ, ਉੱਥੇ ਕਈ ਤਰ੍ਹਾਂ ਦੀ ਫਸਲ ਹੁੰਦੀ ਹੋਈ ਨਹੀਂ ਪਈ, ਉੱਥੇ ਪੰਜਾਬ ਵੀ ਪਹੁੰਚ ਚੁੱਕਾ, ਔਰ ਉੱਥੇ ਪੰਜਾਬ ਦੇ ਖਾਣੇ ਦੀ ਡਿਮਾਂਡ ਹੈ, ਔਰ ਉਹ ਕੰਟਰੀ ਕਹਿ ਰਹੇ ਨੇ ਇੰਡੀਆ ਨੂੰ ਕਿ ਸਾਨੂੰ ਕਿਸਾਨ ਕੋਲੋਂ ਉਹ ਚੀਜ਼ ਲੈਣ ਦੀ ਇਜਾਜ਼ਤ ਦਿਵੋ, ਅਸੀਂ ਇੰਪੋਰਟ ਕਰਨਾ ਚਾਹੁੰਦੇ ਹਾਂ, ਕਿਉਂ ਨਹੀਂ ਇਹ ਛੋਟੇ ਕਲਸਟਰ ਬਣਾ ਕੇ ਜੋ ਟੈਕਨੋਲੋਜੀ ਜਾਂ ਜੋ ਚੀਜ਼ਾਂ ਉਹ ਚਾਹੁੰਦੇ ਨੇ ਅਸੀਂ ਪ੍ਰੋਡਿਊਸ ਕਰਕੇ ਉੱਥੇ ਭੇਜ ਸਕੀਏ। ਫੋਰ ਐਗਜ਼ਾਮਪਲ, ਫਲਾਵਰ ਹੈ ਜਿੱਥੇ ਸਾਡਾ ਕੈਸ਼ੂ ਪੈਦਾ ਹੋ ਸਕਦਾ, ਕਾਜੂ, ਚੰਗੀ ਕੁਆਲਿਟੀ ਦਾ ਕਾਜੂ ਹੈ, ਟਮਾਟਰ ਦੀ ਪਿਊਰੀ ਬਣ ਕੇ ਜਾ ਸਕਦੀ ਹੈ, ਅਦਰਕ ਦੀ ਪੇਸਟ ਬਣ ਕੇ ਜਾ ਸਕਦੀ ਹੈ, ਹਲਦੀ ਪੀਸ ਕੇ ਉਹ ਜਾ ਸਕਦੀ ਹੈ, ਗ੍ਰੀਨ ਪੀਸ ਜਾ ਸਕਦੇ, ਜਿਵੇਂ ਸਫਲ ਦੇ ਹੁੰਦੇ ਨੇ, ਸਫਲ ਦੇ ਗ੍ਰੀਨ ਪੀਸ ਜਾ ਸਕਦੇ ਨੇ, ਮਤਲਬ ਉਹਨਾਂ ਦੀਆਂ ਸ਼ੇਪ, ਮਤਲਬ ਮੰਨ ਲਓ ਅਸੀਂ ਇੱਕ ਸਕਸੈਸਫੁਲ ਮਾਡਲ ਕੀਤਾ ਸੀ ਵੀਰ ਜੀ, ਸਿਰਫ 4 ਕਿੱਲੇ ਪੈਲੀ 'ਚ, 4 ਕਿੱਲੇ ਪੈਲੀ ਦੇ ਨਾਲ 200 ਗਜ ਦੇ ਵਿੱਚ ਹਲਦੀ ਪੀਸਣ ਦਾ ਪਲਾਂਟ ਲਾਇਆ ਸੀ। ਜਿਹਦੇ ਚ 3-3 ਕਰੋੜ ਰੁਪਇਆ ਦਿੰਦੀ ਪਈ ਹੈ ਸਰਕਾਰ, ਪਰ ਕਿਸਾਨਾਂ ਨੂੰ ਪਤਾ ਹੀ ਨੀ ਜਾਗਰੂਕਤੀ ਕਿੱਥੋਂ ਆਉਣੀ ਹੈ ਭਾਜੀ। ਜਾਗਰੂਕਤੀ ਨਹੀਂ, ਜੇ ਮੈਂ ਅੱਗੇ ਲੱਗਣ ਨੂੰ ਤਿਆਰ, ਜੇ ਇਹ ਕਿਸਾਨਾਂ ਲਈ ਇਹੋ ਜਿਹਾ ਮਾਡਲ ਬਣਾਉਣ, ਸਾਮਲਾਟ ਜ਼ਮੀਨਾਂ ਸਾਡੇ ਹਰ ਪਿੰਡ 'ਚ ਅਵੇਲੇਬਲ ਹੈ, ਔਰ ਇਹ ਇੰਟਰਨੈਸ਼ਨਲ ਸਰਵੇ ਕਰਾਉਣ ਕਿ ਕਿਹੜੇ ਕੰਟਰੀ 'ਚ ਕਿਸ ਉਪਜ ਦੀ ਲੋੜ ਹੈ। ਸਾਡਾ ਕਿਸਾਨ ਕੈਨੇਡਾ 'ਚ ਜਾ ਕੇ ਬਰਫ਼ਾਂ ਵਿੱਚ ਆਲੂ ਉਗਾ ਸਕਦਾ ਹੈ, ਅਤੇ ਇੰਡੀਆ 'ਚ ਇੰਨੀ ਉਪਜਾਊ ਧਰਤੀ 'ਚ, ਕਿਆ ਉਹ ਚੰਗੀ ਚੀਜ਼ ਨਹੀਂ? ਇੱਥੇ ਮੈਂ ਗਾਣਾ ਸੁਣਾਉਣਾ ਚਾਹੁੰਦਾ ਕਿ ਮੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਛ ਬੰਦੇ ਡਿਫਾਲਟਰ ਟੱਕਰ ਗਏ। ਅੱਜ ਕਿਸਾਨ ਦੇ ਉੱਤੇ ਪ੍ਰੈਸ਼ਰ ਪਾਈ ਜਾ ਰਹੇ ਹੋ, ਰੇਟ ਘਟਾ ਉਪਜ ਵਧਾ, ਅਤੇ ਮੇਰਾ ਕਿਸਾਨ ਕਿੱਧਰ ਜਾ ਰਿਹਾ? ਉਹ ਜ਼ਹਿਰ ਦਾ ਛਿੜਕਾਅ ਜਿਹੜਾ 10 ML ਹੋਣਾ, ਉਹ 10 ਲੀਟਰ ਕਰਨ ਨੂੰ ਤਿਆਰ ਬੈਠਾ ਪਿਆ, ਉਪਜ ਵਧਾਉਣ ਲਈ, ਉਪਜ ਵਧਾਉਣ ਦੇ ਚੱਕਰ 'ਚ। ਉਹਦੇ ਕਰਕੇ ਫਸਲ ਭੁੱਲ ਗਿਆ ਨਾ ਕਿ ਆਪਾਂ ਸਰਕਾਰ ਦੇ, ਸਰਕਾਰ ਨੂੰ ਜਿਹੜਾ ਨੇੜੇ ਲਾ ਲਿਆ, ਇਹ ਸੋਚਿਆ ਨਹੀਂ ਕਿ ਉਹੀ ਜਿਹੜੀ ਸਬਜ਼ੀ ਹੈ, ਅੱਜ ਵੀ ਕਣਕ ਹੈ, ਉਹੀ ਮੇਰੇ ਮੇਰੇ ਬੱਚਿਆਂ ਨੇ ਖਾਣੀ ਹੈ, ਮੇਰੇ ਬੱਚਿਆਂ ਦਾ ਫਿਊਚਰ ਕਿੱਧਰ ਜਾਊਗਾ? ਇਹ ਕਿਸਾਨ ਦੀਆਂ ਕਮੀਆਂ ਸੀਗੀਆਂ, ਜਾਂ ਆਪਾਂ ਕਹਿ ਲਈਏ ਕਿ ਸਰਕਾਰਾਂ ਦੇ ਵੱਲੋਂ ਦਬਾਅ ਇੰਨਾ ਬਣਾਇਆ ਗਿਆ ਕਿ ਅੱਜ ਪੰਜਾਬ ਜਿਹੜਾ ਹੈ ਬਿਮਾਰੀਆਂ ਦੇ ਵਿੱਚ ਘਿਰਿਆ ਹੋਇਆ, ਅੱਜ ਆਰਥਿਕ ਸੰਕਟ ਦੀ ਸਥਿਤੀ ਦੇ ਵਿੱਚ ਪੰਜਾਬ ਆਇਆ ਹੋਇਆ। ਕਿਸਾਨ ਨੇ ਗਲਤੀਆਂ ਆਪ ਵੀ ਕੀਤੀਆਂ ਇਸ ਪ੍ਰੈਸ਼ਰ 'ਚ ਆ ਕੇ, ਔਰ ਮੈਂ ਕਹਿੰਦਾ ਜੇ 1970 ਦੀ ਮੈਂ ਗੱਲ ਕਰਾਂ, ਉਦਣ ਜਿਹੜੀ ਸਰਕਾਰੀ ਅਫਸਰ ਦੀ ਤਨਖਾਹ ਸੀ, ਅੱਜ 250 ਗੁਣਾ ਵੱਧ ਚੁੱਕੀ ਹੈ, 250 ਗੁਣਾ। ਪੈਟਰੋਲ ਦੀ ਕੀਮਤ 70 'ਚ 1-1.5 ਰੁਪਏ ਸੀ, 800 ਗੁਣਾ ਤੁਹਾਡੇ ਸਾਹਮਣੇ ਹੈ ਜੀ ਜੀ, 80 ਰੁਪਏ ਕੁਛ ਪੈਸੇ ਦਾ। ਸੋਨੇ ਦੀ ਕੀਮਤ ਲਾ ਲਓ, ਕਿਸੇ ਚੀਜ਼ ਦੀ ਜ਼ਮੀਨਾਂ ਦੀ ਕੀਮਤ ਲਾ ਲਓ, ਅਤੇ ਕਿਸਾਨ ਦੀ ਕਣਕ ਵਿਚਾਰੇ ਦੀ ਮਤਲਬ ਪੈਸਿਆਂ ਤੋਂ ਰੁਪਈਏ ਤੱਕ ਹੀ ਪਹੁੰਚੀ ਹੈ, 12-17% ਗਰੋਥ ਹੈ ਸਿਰਫ ਜੀ। ਤਦੇ ਤਾਂ ਮਤਲਬ ਖਾਣ ਪੀਣ ਦੀਆਂ ਕਿੱਥੇ 250%, ਕਿੱਥੇ 800%, ਕਿੱਥੇ 80%, ਅਤੇ ਜਿਹੜੀ ਕਿਸਾਨੀ ਜਾਂ ਫਲ ਫਰੂਟ ਸਬਜ਼ੀਆਂ ਨੇ ਜਿਹੜੀਆਂ ਅੱਜ ਕੰਟਰੋਲ ਰੇਟਸ ਨੇ, ਇਸ ਹਿਸਾਬ ਨਾਲ ਤਾਂ ਕਣਕ 1,000 ਰੁਪਏ ਕਿਲੋ ਹੋਣੀ ਚਾਹੀਦੀ ਹੈ ਜੀ ਜੀ ਜੀ। ਬਿਲਕੁਲ ਵੱਡੀਆਂ ਗੱਲਾਂ ਨੇ, ਕਿਉਂਕਿ ਦਰਸ਼ਕੋ ਅਸੀਂ ਗੱਲਾਂ ਵੀ ਉਹ ਕਰਦੇ ਨੇ ਜਿਹੜੀਆਂ ਪੰਜਾਬ ਦੀ ਆਵਾਮ ਦੀ ਆਵਾਜ਼ ਹੁੰਦੀਆਂ ਨੇ, ਉਹੀ ਤੁਹਾਡੇ ਤੋਂ ਰੂਬਰੂ ਕਰਦੇ ਨੇ, ਕਿਉਂਕਿ ਤੁਹਾਡਾ ਆਪਣਾ ਚੈਨਲ ਹੈ। ਵੱਡੀ ਗੱਲ ਹੈ, ਨਿਰਪੱਖ ਚੈਨਲ ਹੈ, ਹਰ ਇੱਕ ਕਿਸੇ ਵੀ ਸਿਆਸਤਦਾਨ ਦਾ ਚੈਨਲ ਨਹੀਂ ਹੈ, ਤੁਹਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਦੀ ਕਰਦਾ ਹੈ ਚੈਨਲ, ਔਰ ਵੱਧ ਤੋਂ ਵੱਧ ਅਪੀਲ ਵੀ ਤੁਹਾਨੂੰ ਇਹੀ ਹੁੰਦੀ ਹੈ ਕਿ ਆਪਣੀ ਜਿਹੜੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਾਇਆ ਕਰੋ, ਤਾਂ ਜੋ ਨਿਰਪੱਖ ਸੁਚਾਰੂ ਅਤੇ ਉਚਾਰੂ ਢੰਗ ਦੇ ਨਾਲ ਜਿਹੜੀ ਗੱਲਾਂ ਬਾਤਾਂ ਨੇ ਜਿਹੜੀਆਂ ਪੰਜਾਬ ਦੀਆਂ, ਕਿਸਾਨੀ ਦੀਆਂ, ਮਜ਼ਦੂਰ ਦੀਆਂ,
ਜਾਂ ਵੱਖ-ਵੱਖ ਕਿੱਤਿਆਂ ਦੀਆਂ ਤੁਹਾਡੇ ਤੱਕ ਰੱਖ ਸਕੀਏ। ਮਤਲਬ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਕਿਸਾਨੀ ਦੀ, ਅੱਜ ਤਾਂ ਹੀ ਜਿਹੜਾ ਹੈ ਇਹ ਸਾਰੀਆਂ ਚੀਜ਼ਾਂ ਪੈਦਾ ਹੋ ਗਈਆਂ ਕਿ ਸਾਡਾ ਵਿਦਿਆਰਥੀ ਜਿਹੜਾ ਵਰਗ ਹੈ, ਸਾਡਾ ਨੌਜਵਾਨ ਹੈ, ਉਹ ਵਿਦੇਸ਼ਾਂ ਦੀ ਧਰਤੀ ਵੱਲ ਕੂਚ ਕਰ ਰਿਹਾ। ਅੱਜ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਕਿ ਸਿਰਫ ਇੱਕੋ ਹੀ ਚਾਹਤ ਰਹਿ ਗਈ ਸਾਡੇ ਨੌਜਵਾਨ ਕੋਲੋਂ ਕਿ ਪਲੱਸ ਟੂ ਕਰਕੇ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣਾ ਹੈ। ਅੱਜ ਤਾਂ ਹੀ ਇਹ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਕਿ ਅਸੀਂ ਪੰਜਾਬ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ। ਬਾਈ ਜੀ, ਖੂਹ ਦੀ ਮਿੱਟੀ ਖੂਹ ਤੇ ਲੱਗਣੀ ਸ਼ੁਰੂ ਹੋ ਚੁੱਕੀ ਹੈ। ਅਸੀਂ ਆਪਣੇ ਨੌਜਵਾਨਾਂ ਨੂੰ ਖੇਤੀਬਾੜੀ ਦੇ ਨਾਲ ਨਾ ਹੀ ਜੋੜਿਆ। ਅੱਜ ਤਾਂ ਹੀ ਇਹ ਗੱਲਾਂ ਬਾਤਾਂ ਹੋ ਗਈਆਂ ਕਿ ਸਾਡੇ ਪੰਜਾਬ ਦਾ ਕਿਸਾਨ ਦਿੱਲੀ ਵਿਖੇ ਬੈਠ ਕੇ ਜਿਹੜਾ ਖੇਤੀਬਾੜੀ ਦੇ ਲਈ ਤਿੰਨ ਕਾਨੂੰਨਾਂ ਦੇ ਪ੍ਰਤੀ ਜਿਹੜਾ ਰੋਸ ਜ਼ਾਹਰ ਕਰ ਰਿਹਾ। ਇਹ ਰੋਸ ਨਹੀਂ ਸੀ ਪੈਦਾ ਹੋਣਾ ਜੇਕਰ ਸਾਡੀਆਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਸਾਡੇ ਕਿਸਾਨਾਂ ਨੂੰ ਉੱਚਾ ਚੁੱਕਣ ਦੇ ਲਈ ਸਮਰੱਥ ਹੁੰਦੀਆਂ, ਸਾਡੇ ਕਿਸਾਨਾਂ ਦੇ ਲਈ ਵਰਦੀਆ ਜਿਹੜੀ ਹੈ ਰਣਨੀਤੀ ਤਿਆਰ ਕਰਦੀਆਂ, ਤਾਂ ਜੋ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ ਕਿਸਾਨ ਉੱਨਤ ਹੋ ਸਕਦਾ। ਪਰ ਦੁੱਖ ਦੀ ਗੱਲ ਹੈ ਕਿ ਅੱਜ ਕਿਸਾਨੀ ਦੇ ਪੱਲੇ ਜਿਹੜਾ ਹੈ ਉਹ ਬਿਮਾਰੀਆਂ ਆਈਆਂ। ਅੱਜ ਪੰਜਾਬ ਦੇ ਜਿਹੜੇ ਪੱਲੇ ਹੈ ਉਹ ਜਿਹੜਾ 300-400 ਫੁੱਟ ਡੂੰਘਾ ਜਾਂਦਾ ਹੋਇਆ ਪਾਣੀ ਆਇਆ। ਅੱਜ ਪੰਜਾਬ ਦੇ ਪੱਲੇ ਜਿਹੜਾ ਹੈ ਕੈਂਸਰ ਆਈ। ਵੱਡੀਆਂ ਗੱਲਾਂ ਨੇ, ਵੱਡੀਆਂ ਗੱਲਾਂ ਬਾਤਾਂ ਨੇ। ਮਲਨ ਸਾਹਿਬ, ਲਾਸਟ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਜਿਹੜੀ ਤੁਹਾਡੇ ਵੱਲੋਂ ਇਹ ਅਪੀਲ ਕੀਤੀ ਗਈ ਹੈ, ਮੈਂ ਚਾਹਾਂਗਾ ਕਿ ਇੱਕ ਵਾਰੀ ਤੁਸੀਂ ਦੁਬਾਰਾ ਤੋਂ ਕਿਸਾਨ ਵੀਰਾਂ ਨੂੰ ਆਪਣੇ ਅਪੀਲ ਦੇ ਵਿੱਚ ਦੱਸ ਦਿਓ ਕਿ ਕਿਸ ਤਰ੍ਹਾਂ ਪ੍ਰਤੀਕਿਰਿਆ ਚੱਲੇਗੀ, ਤਾਂ ਜੋ ਆਪਾਂ ਪ੍ਰੋਗਰਾਮ ਦੀ ਸਮਾਪਤੀ ਦੇ ਵੱਲ ਅੱਗੇ ਵਧੀਏ। ਮੈਂ ਫਿਰ ਦੁਬਾਰਾ ਕਹਿੰਦਾ ਔਰ ਸਾਰੇ ਆਪਣੇ ਕਿਸਾਨ ਭੈਣ ਭਰਾਵਾਂ ਨੂੰ ਜਾਂ ਜਿਹੜੇ ਵੀ ਅੰਦੋਲਨ 'ਚ ਬੈਠੇ ਨੇ, ਕਿਸੇ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਚਾਹੀਦੀ ਹੈ ਕਿਸੇ ਤਰ੍ਹਾਂ ਦੀ ਵੀ। ਤੁਹਾਡਾ ਮੇਰਾ ਨੰਬਰ ਮੇਰੇ ਸਕਰੀਨ ਦੇ ਥੱਲੇ ਹੈ, ਉੱਥੇ ਮੈਨੂੰ ਕਾਲ ਕਰੋ। ਗੂਗਲ 'ਤੇ ਮੇਰੇ ਨੰਬਰ ਅਵੇਲੇਬਲ ਨੇ, ਮੈਨੂੰ ਉੱਥੇ ਕਾਲ ਕਰੋ। ਜੋ ਤੁਹਾਡੀ ਸਮੱਸਿਆ ਹੈ ਚਾਹੇ ਉਹਨੂੰ ਲਿਖ ਕੇ ਮੈਨੂੰ ਬੋਲ ਕੇ ਵਟਸਐਪ 'ਤੇ ਭੇਜ ਦਿਓ, ਮੈਂ ਤੁਹਾਨੂੰ ਬੋਲ ਕੇ ਉਹਦਾ ਜਵਾਬ ਦੇ ਦਾਂਗਾ। ਜੇ ਤੁਹਾਨੂੰ ਕੋਈ ਰੀਪ੍ਰਜੈਂਟੇਸ਼ਨ ਚਾਹੀਦੀ ਹੈ, ਮੈਂ ਟਾਈਪ ਕਰਕੇ ਪੋਸਟ ਕਰਨੀ ਹੈ, ਪੋਸਟ ਕਰ ਦਾਂਗਾ। ਕੋਈ ਤੁਹਾਡੇ ਗਲਤ FIR ਹੋ ਗਈ ਹੈ, ਉਹਦੇ 'ਤੇ ਕੋਈ ਰੀਪ੍ਰਜੈਂਟੇਸ਼ਨ ਦੇਣੀ ਹੈ, ਕੋਈ ਕਾਨੂੰਨੀ ਸਹਾਇਤਾ ਚਾਹੀਦੀ ਹੈ, ਟੋਟਲੀ ਫ੍ਰੀ ਸਾਰੇ ਭੈਣ ਭਰਾਵਾਂ ਲਈ ਜਿਹੜੇ ਵੀ ਇਸ ਅੰਦੋਲਨ 'ਚ ਜੁੜੇ ਨੇ। ਕਿਸੇ ਕਿਸਮ ਦੀ ਕੋਈ ਲੋੜ ਹੈ, ਮੈਂ ਮੇਰੀ ਟੀਮ ਤੁਹਾਡੀ ਸੇਵਾ ਲਈ, ਤੁਹਾਡੇ ਲਈ ਸਮਝੋ ਕਾਨੂੰਨੀ ਲੰਗਰ ਲਾ ਕੇ ਤਿਆਰ ਬੈਠੇ ਹਾਂ, ਕੋਈ ਦਿੱਕਤ ਨਹੀਂ ਆਏਗੀ। ਆਪਾਂ ਜੋ ਵੀ ਤਰੀਕਾ ਜੋ ਉਹਦਾ ਕਾਨੂੰਨੀ ਰਸਤਾ ਅਪਣਾਵਾਂਗੇ ਔਰ ਉਹਨੂੰ ਆਪਾਂ ਸੋਲਵ ਜਲਦੀ ਤੋਂ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਫਿਰ ਕਹੂੰਗਾ, ਡਰਨਾ ਨਹੀਂ, FIR ਕਰਨੀ ਪੁਲਿਸ ਦੇ ਹੱਥ 'ਚ ਹੈ ਅਤੇ ਉਹਨੂੰ ਖਤਮ ਕਰਨਾ ਵੀ ਉਹਨਾਂ ਦੇ ਹੱਥ 'ਚ ਹੈ। ਜਦੋਂ ਸਾਡਾ ਜ਼ੋਰ ਇਹ ਫੜਿਆ ਜਾਣਾ ਅਤੇ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਅੱਗੇ ਵੀ ਅਪੀਲ ਹੈ ਮੇਰੀ, ਜਿਹੜੇ ਵੀ ਸਾਡੇ ਮੋਢੀ ਨੇ, ਅਤੇ ਜਦੋਂ ਇਹ ਕਾਨੂੰਨ ਵਾਪਸ ਹੋ ਜਾਣ ਅਤੇ ਜਿੰਨੀਆਂ FIR ਇਹਨਾਂ ਨੇ ਕੀਤੀਆਂ ਉਹ ਵੀ ਨਾਲ ਕੈਂਸਲ ਕਰਾ ਕੇ ਮੁੜਨਾ। ਕੋਈ ਵੀ ਸਾਡਾ ਕੋਈ 1, 2, 4, 10, 50, 100 ਭੈਣ ਭਰਾ ਕਿਸੇ ਭੀੜ 'ਚ ਵਿਚਾਰੇ ਧੱਕੇ ਨਾ ਖਾਂਦੇ ਰਹਿਣ, ਮੁੜ ਕੇ ਨਹੀਂ ਜੇ ਕਿਸੇ ਨੇ ਉਹਨਾਂ 'ਤੇ ਸੁਣਨਾ। ਬਾਕੀ ਕਾਨੂੰਨੀ ਸਹਾਇਤਾ ਲਈ ਨਾਲ ਹਾਂ, ਕੋਈ ਸਮਝ ਚਾਹੀਦੀ ਹੈ, ਕੋਈ ਚੀਜ਼ ਦੀ ਲੋੜ ਹੈ, ਆਪਾਂ ਤੁਹਾਡੇ ਲਈ 24/7 ਖੜ੍ਹੇ ਹਾਂ ਜੀ, ਜਿਸ ਮਰਜ਼ੀ ਕੰਡੀਸ਼ਨ 'ਚ ਆ ਤੁਹਾਡੇ ਤੱਕ ਸਾਡੀ ਮਦਦ ਪਹੁੰਚੇਗੀ ਜੀ। ਬਿਲਕੁਲ ਜੀ, ਮਤਲਬ ਸਾਹਿਬ ਤੁਸੀਂ ਸਮਾਂ ਕੱਢਿਆ ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਵੀ ਸਭ ਦਾ ਧੰਨਵਾਦ ਜੀ, ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਅੰਦੋਲਨ 'ਚ ਡਟੇ ਰਹੋ ਔਰ ਚੰਗਾ ਕੰਮ ਕਰਕੇ ਆਇਓ, ਅਸੀਂ ਤੁਹਾਡੇ ਨਾਲ ਹਾਂ ਜੀ ਸਾਰੇ ਜੀ। ਬਿਲਕੁਲ ਦਰਸ਼ਕੋ, ਪ੍ਰੋਗਰਾਮ ਸਮਾਪਤ ਹੋਣ ਦੇ ਕੰਢੇ 'ਤੇ ਹੈ। ਅਪੀਲ ਇਹੀ ਹੈ ਕਿ ਵੱਧ ਤੋਂ ਵੱਧ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਤੁਹਾਡਾ ਆਪਣਾ ਚੈਨਲ ਹੈ, ਨਿਰਪੱਖ ਚੈਨਲ ਹੈ, ਕਿਸੇ ਸਿਆਸਤਦਾਨ ਦਾ ਚੈਨਲ ਨਹੀਂ ਹੈ। ਇਸ ਕਰਕੇ ਇਹ ਪੰਜਾਬੀਆਂ ਦੀ ਗੱਲ ਕਰਦਾ ਹੈ, ਪੰਜਾਬ ਦੇ ਆਵਾਮ ਦੀ ਗੱਲ ਕਰਦਾ ਹੈ। ਵੱਖ ਵੱਖ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਜਿਹੜੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹ ਵੀ ਇਹੀ ਸੰਦੇਸ਼ ਦੀ ਕੋਸ਼ਿਸ਼ ਕਰਦੇ ਨੇ ਕਿ ਪੰਜਾਬ ਦੀ ਕਿਸਾਨੀ ਨੂੰ ਉੱਪਰ ਚੁੱਕਣਾ ਹੈ, ਮਜ਼ਦੂਰੀ ਵਰਗ ਨੂੰ ਉੱਪਰ ਚੁੱਕਣਾ ਹੈ, ਔਰ ਸਰਕਾਰਾਂ ਦੇ ਵੱਲੋਂ ਜਿਹੜਾ ਧੱਕਾ ਕੀਤਾ ਜਾ ਰਿਹਾ ਉਸ ਤੋਂ ਆਪਾਂ ਬਚਣਾ ਹੈ। ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਆਸ ਦੇ ਨਾਲ ਦੁਬਾਰਾ ਫਿਰ ਨਵੇਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ।